ज्ञान प्रचंड, ज्ञान प्रचंड। गुर की मूरत मन में ध्यान, गुर के शब्द मंत्र मन मान। गुरबाणी का फरमान है कि हे मनुख, गुरु दी शब्द रूपी मूरत तू अपने चित विच वसा लै, क्योंकि गुरु ही समर्थ है जिस तों ज्ञान दी प्राप्ति होनी है। गुरु साडी जिंदगी विच अहम स्थान रखदा है, जिहड़ा साडी जिंदगी दा मार्गदर्शन बनदा है, क्योंकि कहिंदे हन निगुरे का है नाउ बुरा। जिहड़ा मनुख गुरु नहीं धारदा ओह विषय विकारां विच फस के रह जांदा है अते सच्चियार मनुख दी घड़त नहीं कर सकदा। वाहिगुरु जी का खालसा, वाहिगुरु जी की फतेह। मैं सिमरजोत कौर, मैं डॉक्टर अमनप्रीत कौर, लैके हाजिर होए हाँ जी प्रश्नोत्तरी मुकाबले ज्ञान प्रचंड सीजन टू द सेमीफाइनल राउंड। ज्ञान प्रचंड, ज्ञान प्रचंड। ते अज साडे कोल इस मुकाबले दे विच चार टीमां सेमीफाइनल लई पहुंच चुकियां ने, ते इन्हां चार टीमां दे नाल तुहाडी जान पहचान करवाउने आ जी। पहली टीम पहुंची है जी साडे कोल दशमेश पब्लिक सीनियर सेकेंडरी स्कूल माणुके लुधियाणा तों। वाहिगुरु जी का खालसा, वाहिगुरु जी की फतेह। दूसरी टीम है जी श्री गुरु तेग बहादुर खालसा पब्लिक स्कूल छाजली तहसील सुनाम संगरूर तों। वाहिगुरु जी का खालसा, वाहिगुरु जी की फतेह। ते साडी तीजी टीम है जी खालसा सीनियर सेकेंडरी स्कूल बीड बाबा बुढ़ा साहिब ठठा तरन तारण तों। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਚੌਥੀ ਟੀਮ ਹੈ ਜੀ ਸੱਸਾ ਟੀਮ ਮਾਤਾ ਸਾਹਿਬ ਕੌਰ ਗਰਲਜ਼ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਸਾਬੋ ਬਠਿੰਡਾ ਤੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਮੁਕਾਬਲੇ ਧਰਮ ਪ੍ਰਚਾਰ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਡਾਇਰੈਕਟੋਰੇਟ ਆਫ ਐਜੂਕੇਸ਼ਨ ਵੱਲੋਂ ਕਰਵਾਏ ਜਾ ਰਹੇ ਹਨ, ਜੋ ਕਿ ਸਮਰਪਿਤ ਕੀਤੇ ਗਏ ਹਨ ਤਨ ਤਨ ਸੋਢੀ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਪਾਤਸ਼ਾਹ ਜੀ ਦੇ 450 ਸਾਲਾ ਗੁਰਿਆਈ ਦਿਵਸ ਨੂੰ, ਤੇ ਸ਼੍ਰੀ ਗੁਰੂ ਅਮਰਦਾਸ ਜੀ ਦੇ 450 ਸਾਲਾ ਜੋਤੀ ਜੋਤ ਦਿਵਸ ਨੂੰ। ਤੇ ਇਹਨਾਂ ਮੁਕਾਬਲਿਆਂ ਦੇ ਵਿੱਚ ਅਸੀਂ ਚਾਰੋਂ ਟੀਮਾਂ ਨਾਲ ਮੁਲਾਕਾਤ ਕਰ ਚੁੱਕੇ ਹਾਂ, ਤੇ ਹੁਣ ਸਮਾਂ ਹੈ ਸਾਡੇ ਮਾਣਯੋਗ ਜੱਜ ਸਾਹਿਬ ਨੂੰ ਮਿਲਣ ਦਾ। ਸਾਡੇ ਜੱਜ ਸਾਹਿਬ ਜੋ ਪਹਿਲੇ ਨੇ ਜੀ ਡਾਕਟਰ ਰਵਿੰਦਰ ਸਿੰਘ ਰੇਖੀ ਜੀ, ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਸ਼੍ਰੀ ਅਨੰਦਪੁਰ ਸਾਹਿਬ ਤੋਂ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਦੂਜੇ ਜੱਜ ਸਾਹਿਬ ਹਨ ਪ੍ਰੋਫੈਸਰ ਹਰਪਿੰਦਰ ਸਿੰਘ ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ ਤੋਂ। ਕਿਆ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬਹੁਤ ਬਹੁਤ ਸਵਾਗਤ ਹੈ ਜੱਜ ਸਾਹਿਬ ਤੁਹਾਡਾ ਇਸ ਸੈਮੀਫਾਈਨਲ ਮੁਕਾਬਲੇ ਦੇ ਵਿੱਚ। ਤੇ ਹੁਣ ਮੁਕਾਬਲੇ ਦੀ ਜੇ ਗੱਲ ਕਰੀਏ ਤਾਂ ਮੁਕਾਬਲਾ ਜਿਹੜੀਆਂ ਟੀਮਾਂ ਤਿੰਨ ਜਿੱਤਣਗੀਆਂ ਉਹਨਾਂ ਲਈ ਵਿਸ਼ੇਸ਼ ਇਨਾਮਾਂ ਦਾ ਐਲਾਨ ਕੀਤਾ ਗਿਆ, ਕਿਉਂਕਿ ਫਾਈਨਲ ਮੁਕਾਬਲੇ ਦੇ ਵਿੱਚ ਪਹਿਲੇ ਸਥਾਨ ਤੇ ਜਿਹੜੀ ਟੀਮ ਆਵੇਗੀ ਉਹ ਲੈ ਕੇ ਜਾਵੇਗੀ ਜੀ 1 ਲੱਖ ਰੁਪਏ ਦੀ ਰਾਸ਼ੀ ਦਾ ਇਨਾਮ, ਅਤੇ ਦੂਜੇ ਸਥਾਨ ਤੇ ਰਹਿਣ ਵਾਲੀ ਟੀਮ ਹੱਕਦਾਰ ਹੋਵੇਗੀ ਜੀ 75,000 ਰੁਪਏ ਦੇ ਇਨਾਮ ਦੀ। ਤੀਸਰੇ ਸਥਾਨ ਤੇ ਰਹਿਣ ਵਾਲੀ ਟੀਮ ਨੂੰ ਮਿਲਣਗੇ ਜੀ 51,000 ਰੁਪਏ ਦੀ ਨਗਦ ਰਾਸ਼ੀ ਦੇ ਇਨਾਮ। ਸੋ ਇਹ ਤਿੰਨ ਇਨਾਮ ਵਿਸ਼ੇਸ਼ ਤੌਰ ਤੇ ਘੋਸ਼ਿਤ ਕੀਤੇ ਗਏ ਨੇ। ਅੱਜ ਦੀਆਂ ਟੀਮਾਂ ਦੇ ਵਿੱਚ ਵੀ ਜੋਸ਼ ਹੈ ਆਪਣੇ ਆਪ ਨੂੰ ਇੱਥੇ ਸਾਬਤ ਕਰਨ ਦਾ ਤੇ ਇਸ ਇਨਾਮੀ ਰਾਸ਼ੀ ਦੇ ਹੱਕਦਾਰ ਹੋਣ ਦਾ। ਸੋ ਮੁਕਾਬਲੇ ਵੱਲ ਚੱਲਦੇ ਹਾਂ ਜੀ। ਜੀ ਜੀ
ਇਸ ਮੁਕਾਬਲੇ ਦੇ 5 ਰਾਊਂਡ ਹੋਣਗੇ ਤੇ ਪਹਿਲਾ ਰਾਊਂਡ ਜਿਹੜਾ ਹੈ ਜੀ ਉਹ ਗੁਰਬਾਣੀ ਨਾਲ ਸੰਬੰਧਿਤ ਹੈ ਤੇ ਉਸ ਦੇ ਨਿਯਮ ਮੈਡਮ ਸਿਮਰ ਕੌਰ ਜੀ ਦੱਸਣਗੇ ਜੀ। ਤੁਹਾਡੇ ਕੋਲ ਬੱਚੇ ਜਿਵੇਂ ਹੁਣ ਤੱਕ ਤੁਸੀਂ ਪਿਛਲੇ ਰਾਊਂਡ ਦੇ ਵਿੱਚ ਹੁਣ ਤੱਕ ਤੁਸੀਂ ਦੇਖਿਆ ਕਿ ਤੁਹਾਡੇ ਕੋਲੋਂ ਪਹਿਲਾਂ ਪੁੱਛੇ ਗਏ ਸੀ ਗੁਰਬਾਣੀ ਰਾਊਂਡ, ਦੂਜਾ ਹੋਇਆ ਸੀ ਗੁਰ ਇਤਿਹਾਸ, ਤੀਜਾ ਸਿੱਖ ਇਤਿਹਾਸ, ਚੌਥਾ ਸਿੱਖ ਰਹਿਤ ਮਰਿਆਦਾ ਅਤੇ ਫਿਰ ਚਲੰਤ ਮੁੱਦੇ। ਸੋ ਉਸੇ ਤਰ੍ਹਾਂ ਹੀ ਅਸੀਂ ਪਹਿਲੇ ਰਾਊਂਡ ਦੇ ਵਿੱਚ ਤੁਹਾਡੇ ਕੋਲ ਪੁੱਛਾਂਗੇ ਗੁਰਬਾਣੀ ਨਾਲ ਸੰਬੰਧਿਤ ਸਵਾਲ ਤੇ ਜਿਹੜੇ ਤੁਹਾਡੇ ਕੋਲੋਂ ਦੋ ਦੋ ਸਵਾਲ ਪੁੱਛੇ ਜਾਣਗੇ ਤੇ ਜਿਸਦੇ ਤੁਹਾਨੂੰ 10 ਅੰਕ ਪ੍ਰਾਪਤ ਹੋਣਗੇ ਅਤੇ 15 ਸਕਿੰਟ ਦਾ ਤੁਹਾਡੇ ਕੋਲ ਸਮਾਂ ਹੋਵੇਗਾ। ਤੇ ਤੁਹਾਡਾ ਪਹਿਲਾ ਸਵਾਲ ਹੈ, ਸੋ ਦਰ ਅਤੇ ਸੋ ਪੁਰਖ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਿੰਨੇ ਤੋਂ ਕਿੰਨੇ ਅੰਕ ਤੱਕ ਸੁਸ਼ੋਭਿਤ ਹੈ? ਤੁਹਾਡੇ ਆਪਸ਼ਨਸ ਹਨ 8 ਤੋਂ 12, 6 ਤੋਂ 14, 7 ਤੋਂ 15 ਜਾਂ ਫਿਰ 7 ਤੋਂ 11। 8 ਤੋਂ 12 ਤੁਹਾਡਾ ਜਵਾਬ ਸਹੀ ਹੈ ਤੇ ਤੁਹਾਡੇ ਖਾਤੇ ਦੀ ਸ਼ੁਰੂਆਤ ਹੁੰਦੀ ਹੈ 10 ਅੰਕ ਤੋਂ। ਵਾਹ ਜੀ ਵਾਹ, ਬਹੁਤ ਸੋਹਣੀ ਸ਼ੁਰੂਆਤ ਹੋਈ ਹੈ। ਊੜਾ ਟੀਮ ਨੇ ਸਹੀ ਜਵਾਬ ਦੇ ਕੇ 10 ਅੰਕ ਆਪਣੇ ਖਾਤੇ ਦੇ ਵਿੱਚ ਪਾ ਲਏ ਨੇ ਤੇ ਹੁਣ ਚੱਲਦੇ ਹਾਂ ਜੀ ਐੜਾ ਟੀਮ ਦੇ ਕੋਲ ਉਹਨਾਂ ਦੇ ਪਹਿਲੇ ਸਵਾਲ ਲਈ। ਤੁਹਾਡਾ ਪਹਿਲਾ ਸਵਾਲ ਹੈ, ਸੱਤੇ ਬਲਵੰਡ ਦੀ ਵਾਰ ਕਿਸ ਰਾਗ ਵਿੱਚ ਹੈ? ਆਪਸ਼ਨਸ ਨੇ ਧਨਾਸਰੀ ਰਾਗ, ਵਡਹੰਸ ਰਾਗ, ਰਾਮਕਲੀ ਰਾਗ, ਰਾਗ ਗੌੜੀ। ਰਾਮਕਲੀ ਰਾਗ ਜਵਾਬ ਆਉਂਦਾ ਜੀ, ਰਾਮਕਲੀ ਰਾਗ। ਸੱਤੇ ਬਲਵੰਡ ਦੀ ਵਾਰ ਵਾਕਈ ਰਾਮਕਲੀ ਰਾਗ ਵਿੱਚ ਹੈ ਤੇ ਬਿਲਕੁਲ ਸਹੀ ਜਵਾਬ ਜੀ। ਐੜਾ ਟੀਮ ਦੀ ਵੀ ਬਹੁਤ ਖੂਬਸੂਰਤ ਸ਼ੁਰੂਆਤ ਤੇ ਇਹਦੇ ਨਾਲ ਹੀ ਹੁਣ ਚੱਲਦੇ ਹਾਂ ਟੀਮ ਈੜੀ ਕੋਲ ਜੀ। ਹਾਂਜੀ, ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਾਲੇ ਬੱਚਿਓ ਤਿਆਰੀ ਹੈ ਫਿਰ? ਟੀਮ ਈੜੀ, ਤੁਹਾਡਾ ਸਵਾਲ ਹੈ, ਸੋਹਿਲਾ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਿੰਨੇ ਤੋਂ ਕਿੰਨੇ ਅੰਗ ਤੱਕ ਸੁਸ਼ੋਭਿਤ ਹੈ? ਤੁਹਾਡੀ ਆਪਸ਼ਨਸ ਹਨ 10 ਤੋਂ 12, 8 ਤੋਂ 10, 7 ਤੋਂ 11 ਜਾਂ ਫਿਰ 12 ਤੋਂ 13। 12 ਤੋਂ 13 ਅੱਛਾ, ਤੁਹਾਡਾ ਜਵਾਬ ਜਿਹੜਾ ਤੁਸੀਂ ਦਿੱਤਾ ਆ ਮੈਂ ਇਹਦਾ ਤੁਹਾਨੂੰ ਸਹੀ ਫਿਰ ਦੱਸਾਂਗੀ। ਪਹਿਲਾਂ ਮੈਨੂੰ ਇਹ ਦੱਸੋ, ਸੋਹਿਲਾ ਸਾਹਿਬ ਤੁਸੀਂ ਕਰਦੇ ਹੋ ਰਾਤ ਨੂੰ? ਯੈਸ ਮੈਮ। ਕਰਕੇ ਸੌਂਦੇ? ਚੰਗੀ ਗੱਲ ਹੈ ਤੇ ਤੁਹਾਡਾ ਜਵਾਬ ਬਿਲਕੁਲ ਸਹੀ ਹੈ ਤੇ 12 ਤੋਂ 13 ਅੰਗ ਤੱਕ ਸੁਸ਼ੋਭਿਤ ਹੈ ਜੀ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ। ਤੁਹਾਡੇ ਖਾਤੇ ਦੇ ਵਿੱਚ 10 ਅੰਕ ਜੋੜੇ ਜਾਂਦੇ ਹਨ ਜੀ। ਤੇ ਹੁਣ ਫਿਰ ਚੱਲਦੇ ਹਾਂ ਜੀ ਸੱਸਾ ਟੀਮ ਦੇ ਕੋਲ। ਪਹਿਲੀਆਂ ਤਿੰਨਾਂ ਟੀਮਾਂ ਨੇ ਸਹੀ ਜਵਾਬ ਦੇ ਕੇ 10-10 ਅੰਕ ਆਪਣੇ ਖਾਤੇ 'ਚ ਜੋੜ ਲਏ ਨੇ। ਹੁਣ ਵਾਰੀ ਹੈ ਸੱਸਾ ਟੀਮ ਦੀ। ਸਵਾਲ ਹੈ ਜੀ ਤੁਹਾਡੇ ਲਈ, ਜੈ ਜੈਵੰਤੀ ਰਾਗ ਜਿਹੜਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਿੱਥੇ ਆਉਂਦਾ ਹੈ? ਆਪਸ਼ਨਸ ਨੇ ਸ਼ੁਰੂਆਤ ਦੇ ਵਿੱਚ, ਪਹਿਲੇ ਮੱਧ 'ਚ, ਦੂਸਰੇ ਮੱਧ 'ਚ ਜਾਂ ਅੰਤਿਮ? ਅੰਤਿਮ ਮੱਧ ਜੀ। ਜੈ ਜਵੰਤੀ ਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅੰਤਿਮ ਰਾਗ ਹੈ। ਬਿਲਕੁਲ ਸਹੀ ਜਵਾਬ ਦਿੱਤਾ ਸੱਸਾ ਟੀਮ ਨੇ। ਇਹਦੇ ਨਾਲ ਹੀ ਸੱਸਾ ਟੀਮ ਨੇ ਵੀ ਪਹਿਲੇ ਸਵਾਲ ਦੇ ਸਹੀ ਜਵਾਬ ਦੇ ਕੇ ਆਪਣਾ ਖਾਤਾ ਖੋਲ ਲਿਆ ਤੇ ਹੁਣ ਚੱਲੀਏ ਜੀ ਟੀਮ ਊੜਾ ਦੇ ਕੋਲ ਜੀ। ਪਹਿਲੇ ਰਾਊਂਡ ਦਾ ਅਸੀਂ ਦੂਜਾ ਸਵਾਲ ਪੁੱਛਦੇ ਹਾਂ ਟੀਮ ਊੜਾ ਨੂੰ, ਜੋ ਕਿ ਗੁਰਬਾਣੀ ਦੇ ਨਾਲ ਸੰਬੰਧਿਤ ਹੈ। ਤੁਸੀਂ ਪੰਕਤੀ ਪੂਰੀ ਕਰੋਗੇ ਬੱਚੇ। ਸਰਬੰਗ ਦੇਵੰਗ ਸਰਬੰਗ ਪੇਵੰਗ, ਸਰਬੰਗ ਕਾਲੇ ਸਰਬੰਗ ਪਾਲੇ। ਬਹੁਤ ਹੀ ਤੇਜ਼ੀ ਨਾਲ ਬੱਚਿਆਂ ਵੱਲੋਂ ਜਵਾਬ ਆਉਂਦਾ ਆ ਔਰ ਜਵਾਬ ਬਿਲਕੁਲ ਸਹੀ ਦਿੱਤਾ ਜਾਂਦਾ ਆ ਤੇ ਤੁਹਾਡੇ ਖਾਤੇ ਦੇ ਵਿੱਚ ਜੁੜਦੇ ਹਨ 10 ਅੰਕ। ਤੇ ਹੁਣ ਚੱਲਦੇ ਆ ਫਿਰ ਐੜਾ ਟੀਮ ਦੇ ਕੋਲ। ਤੁਸੀਂ ਵੀ ਪੰਕਤੀ ਦੱਸਣੀ ਹੈ ਅਗਲੀ, ਨਮੋ ਸਰਬ ਮਾਨੇ ਸਮਸਤੀ ਨਿਧਾਨੇ। ਨਮੋ ਸਰਬ ਰੂਪੇ ਨਮੋ ਸਰਬ ਭੁਖੇ। ਸੋ ਥੋੜ੍ਹੀ ਜਲਦੀ ਕਰ ਗਈ ਟੀਮ ਜਵਾਬ ਦੇਣ ਦੇ ਵਿੱਚ ਤੇ ਤੁਹਾਨੂੰ ਸਮਝ ਆ ਗਈ ਹੋਣੀ ਹੈ ਜਵਾਬ ਗਲਤ ਹੋ ਗਿਆ।
ਸਹੀ ਜਵਾਬ ਹੈ ਜੀ ਨਮੋ ਦੇਵ ਦੇਵੇ ਅਪੇਖੀ ਅਪੇਵੇ। ਹਾਂਜੀ, ਤੇ ਤੁਕ ਤੁਸੀਂ ਗਲਤ ਸੁਣਾ ਦਿੱਤੀ, ਭਾਵੇਂ ਆਉਂਦਾ ਸੀ ਜਵਾਬ ਪਰ ਜਵਾਬ ਗਲਤ ਦਿੱਤਾ ਗਿਆ, ਇਸ ਕਰਕੇ 10 ਅੰਕ ਇਸ ਟੀਮ ਨੂੰ ਨਹੀਂ ਮਿਲਦੇ ਜੀ। ਹੁਣ ਚੱਲਦੇ ਹਾਂ ਅਸੀਂ ਈਡੀ ਟੀਮ ਦੇ ਕੋਲ। ਟੀਮ ਈਡੀ, ਤੁਹਾਡਾ ਦੂਜਾ ਸਵਾਲ, ਗੁਰਬਾਣੀ ਇਸ ਤੁਸੀਂ ਤੁਕ ਪੂਰੀ ਕਰੋਗੇ। ਤੁਕ ਹੈ ਜੀ ਨਾ ਕਰਮੰਗ ਨਾ ਕਾਏ, ਅਜਨਮੰਗ ਅਜਾਏ। ਤੁਹਾਡਾ ਜਵਾਬ ਸਹੀ ਹੈ ਤੇ ਤੁਹਾਡੇ ਖਾਤੇ ਦੇ ਵਿੱਚ 10 ਅੰਕ ਜੁੜੇ ਜਾਂਦੇ ਹਨ। ਸੱਸਾ ਟੀਮ, ਸਵਾਲ ਹੈ ਜੋ ਕਿ ਤੁਕ ਪੂਰੀ ਕਰਨੀ ਹੈ, ਜਿਵੇਂ ਕਿ ਬਾਕੀ ਟੀਮਾਂ ਤੋਂ ਪੁੱਛਿਆ ਗਿਆ, ਤੁਹਾਡੇ ਲਈ ਵੀ ਇਸੇ ਤਰ੍ਹਾਂ ਹੀ ਹੈ। ਨਮੋ ਰਾਜ ਰਾਜੇ ਨਮੋ ਸਾਜ ਸਾਜੇ, ਨਮੋ ਸਾਹ ਸਾਹੇ ਨਮੋ ਮਹਾ ਮਾਹੇ। ਵਾਹ ਜੀ ਵਾਹ, ਬਿਲਕੁਲ ਸਹੀ ਜਵਾਬ ਸੱਸਾ ਟੀਮ ਨੇ ਦਿੱਤਾ। ਥੋੜਾ ਸਮਾਂ ਲਿਆ ਇਹਨਾਂ ਨੇ ਪਰ ਜਵਾਬ ਬਿਲਕੁਲ ਸਹੀ ਆਇਆ ਇਹਨਾਂ ਵੱਲੋਂ ਤੇ 10 ਅੰਕ ਫਿਰ ਤੋਂ ਇਹਨਾਂ ਨੇ ਆਪਣੇ ਖਾਤੇ 'ਚ ਜੋੜ ਲਏ ਨੇ। ਇਸ ਦੇ ਨਾਲ ਹੀ ਜਿਹੜਾ ਪਹਿਲਾ ਰਾਊਂਡ ਹੈ ਉਹ ਪੂਰਾ ਹੁੰਦਾ ਹੈ ਤੇ ਹੁਣ ਅਸੀਂ ਚੱਲਦੇ ਹਾਂ ਜੀ ਦੂਸਰਾ ਰਾਊਂਡ ਜੋ ਕਿ ਗੁਰ ਇਤਿਹਾਸ ਉਹਦੇ ਵੱਲ, ਤੇ ਉਹਦੇ ਲਈ ਫਿਰ ਤੋਂ ਅਸੀਂ ਚੱਲਾਂਗੇ ਜੀ ਉੜਾ ਟੀਮ ਦੇ ਕੋਲ। ਟੀਮ ਉੜਾ, ਤੁਹਾਡਾ ਸਵਾਲ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਕਿਸ ਸਥਾਨ ਤੇ ਭਾਈ ਮਨੀ ਸਿੰਘ ਜੀ ਪਾਸੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖਵਾਈ? ਤੁਹਾਡੇ ਆਪਸ਼ਨਸ ਹਨ ਰਾਮਸਰ ਸਰੋਵਰ ਦੇ ਕੰਢੇ, ਹਜ਼ੂਰ ਸਾਹਿਬ, ਸਾਬੋ ਕੀ ਤਲਵੰਡੀ ਜਾਂ ਫਿਰ ਕੇਸਗੜ੍ਹ ਸਾਹਿਬ। ਸਾਬੋ ਕੀ ਤਲਵੰਡੀ। ਬਿਲਕੁਲ ਸਹੀ ਜਵਾਬ ਦਿੱਤਾ ਟੀਮ ਊੜਾ ਨੇ ਤੇ ਤੁਹਾਡੇ ਖਾਤੇ ਦੇ ਵਿੱਚ ਫਿਰ ਤੋਂ 10 ਅੰਕ ਜੁੜਦੇ ਹਨ। ਮੈਨੂੰ ਲੱਗਦਾ ਹੈ ਸਿਮਰ ਕੌਰ ਜੀ ਕਿ ਜਿਹੜਾ ਇਹ ਮਾਣੂਕੇ ਤੋਂ ਟੀਮ ਆਈ ਹੈ ਜੀ, ਜਿਹੜਾ ਬੱਚਾ ਮਾਈਕ ਲੈ ਕੇ ਬੋਲਦਾ ਵਿੱਚ, ਇੱਥੇ ਸਭ ਤੋਂ ਛੋਟਾ ਬੱਚਾ ਹੀ ਹੋਣਾ ਔਰ ਸਭ ਤੋਂ ਗੜਕਦੀ ਆਵਾਜ਼, ਦਮਦਾਰ ਆਵਾਜ਼ 'ਚ ਇੱਧਰੋਂ ਹੀ ਜਵਾਬ ਆਉਂਦਾ ਤੇ ਬਹੁਤ ਵਿਸ਼ਵਾਸ ਦੇ ਨਾਲ ਬੈਠਾ ਹੈ ਬੱਚਾ, ਚਾਹੇ 6ਵੀਂ ਕਲਾਸ ਦੀ ਵਿਦਿਆਰਥਣ ਹੈ ਤੇ ਬਹੁਤ ਸੋਹਣੇ ਜਵਾਬ ਇੱਧਰੋਂ ਆ ਰਹੇ ਹੈ ਤੇ ਵਾਹਿਗੁਰੂ ਜੀ ਦੀ ਮਿਹਰ ਰਹੀ ਤੇ ਇਸੇ ਤਰ੍ਹਾਂ ਸੋਹਣੇ ਜਵਾਬ ਆਉਣਗੇ ਜੀ ਅੱਗੋਂ ਵੀ। ਹੁਣ ਚੱਲਦੇ ਹਾਂ ਜੀ ਐੜਾ ਟੀਮ ਦੇ ਕੋਲ। ਤੁਹਾਡੇ ਲਈ ਸਵਾਲ ਹੈ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਨੇ ਕਿਸ ਪਾਸੋਂ ਗੀਤਾ ਦੇ ਅਰਥ ਕਰਵਾਏ? ਆਪਸ਼ਨਸ ਨੇ ਗੰਗੂ ਪਾਸੋਂ, ਛੱਜੂ ਪਾਸੋਂ, ਚੰਦੂ ਪਾਸੋਂ, ਮੰਗੂ ਪਾਸੋਂ। ਛੱਜੂ ਪਾਸੋਂ ਜੀ, ਪਹਿਲਾਂ ਹੀ ਜਵਾਬ ਆਉਣ ਲੱਗ ਗਿਆ ਸੀ ਤੇ ਸਹੀ ਜਵਾਬ ਆਉਂਦਾ ਸੀ ਇਹਨਾਂ ਨੂੰ ਛੱਜੂ ਪਾਸੋਂ। 10 ਅੰਕ ਐੜਾ ਟੀਮ ਦੇ ਖਾਤੇ ਦੇ ਵਿੱਚ। ਚੱਲਦੇ ਹਾਂ ਜੀ ਫਿਰ ਟੀਮ ਈੜੀ ਦੇ ਕੋਲ। ਟੀਮ ਈੜੀ, ਤੁਹਾਡਾ ਅਗਲਾ ਸਵਾਲ, ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਭਾਈ ਵੀਰ ਸਿੰਘ ਅਤੇ ਭਾਈ ਤੀਰ ਸਿੰਘ ਜੀ ਦਾ ਆਪਸ ਦੇ ਵਿੱਚ ਕੀ ਰਿਸ਼ਤਾ ਸੀ? ਤੇ ਤੁਹਾਡੇ ਆਪਸ਼ਨਸ ਹਨ ਚਾਚਾ ਭਤੀਜਾ, ਪਿਓ ਪੁੱਤ, ਮਾਮਾ ਭਾਣਜਾ ਜਾਂ ਫਿਰ ਦਾਦਾ ਪੋਤਾ। ਦਾਦਾ ਪੋਤਾ। ਤੁਹਾਡੇ ਵੱਲੋਂ ਦਿੱਤਾ ਗਿਆ ਜਵਾਬ ਸਹੀ ਨਹੀਂ ਹੋਇਆ, ਇਸ ਦਾ ਸਹੀ ਜਵਾਬ ਪਿਓ ਪੁੱਤ ਸੀਗਾ। ਸੋ ਗਲਤ ਜਵਾਬ ਹੋ ਗਿਆ ਜੀ ਈਡੀ ਟੀਮ ਵੱਲੋਂ, 10 ਅੰਕ ਇਹਨਾਂ ਨੇ ਖੁੰਝਾ ਦਿੱਤੇ। ਕੋਈ ਗੱਲ ਨਹੀਂ, ਅੱਗੇ ਅਜੇ ਮੁਕਾਬਲਾ ਬਹੁਤ ਪਿਆ, ਉੱਥੇ ਸੋਹਣੇ ਅੰਕ ਲੈ ਕੇ ਤੁਸੀਂ ਹਜੇ ਵੀ ਮੁਕਾਬਲੇ 'ਚ ਬਣੇ ਰਹਿ ਸਕਦੇ ਹੋ। ਸੱਸਾ ਟੀਮ ਲਈ ਸਵਾਲ ਹੈ ਜੀ ਹੁਣ, ਮਹੰਤ ਕਿਰਪਾਲ ਦਾਸ ਨੇ ਸੋਟੇ ਨਾਲ ਕਿਸ ਦਾ ਸਿਰ ਫੇਹਿਆ? ਪੈਂਦੇ ਖਾਂ ਦਾ, ਜੈਨ ਖਾਂ ਦਾ, ਹਯਾਤ ਖਾਂ ਦਾ ਜਾਂ ਫਿਰ ਇਹਨਾਂ ਵਿੱਚੋਂ ਕਿਸੇ ਦਾ ਵੀ ਨਹੀਂ? ਪੈਂਦੇ ਖਾਂ ਦਾ। ਇਹ ਜਵਾਬ ਤੁਹਾਨੂੰ ਸਾਥੀਆਂ ਨੇ ਦੱਸਿਆ ਕਿ ਤੁਹਾਨੂੰ ਹੀ ਲੱਗਦਾ ਸੀ ਸਹੀ ਹੈ? ਤੁਹਾਨੂੰ ਲੱਗਦਾ ਸੀ ਸਹੀ ਹੈ ਪਰ ਤੁਸੀਂ ਗਲਤੀ ਕਰ ਗਏ ਬੱਚੇ, ਸਹੀ ਜਵਾਬ ਇਹ ਨਹੀਂ ਹੈ। ਸਹੀ ਜਵਾਬ ਹੈ ਹਯਾਤ ਖਾਂ।
ਮਹੰਤ ਕਿਰਪਾਲ ਦਾਸ ਨੇ ਹਯਾਤ ਖਾਨ ਦਾ ਸਿਰ ਸੋਟੇ ਨਾਲ ਫੇਰ ਦਿੱਤਾ ਸੀ। ਸੋ ਟੀਮ ਸੱਸਾ ਨੂੰ ਕੋਈ ਵੀ ਅੰਕ ਨਹੀਂ ਮਿਲ ਰਿਹਾ ਜੀ ਇਸ ਸਵਾਲ ਲਈ, ਤੇ ਹੁਣ ਫੇਰ ਚੱਲਦੇ ਹਾਂ ਜੀ ਊੜਾ ਟੀਮ ਵੱਲ। ਦੂਜੇ ਰਾਊਂਡ ਦਾ ਦੂਜਾ ਸਵਾਲ ਟੀਮ ਊੜਾ ਦੇ ਕੋਲ ਜਾਂਦਾ ਹੈ ਜੀ। ਮੁਨਸ਼ੀ ਛੱਜੂ ਰਾਮ ਜੀ ਕੌਣ ਸਨ? ਤੁਹਾਡੇ ਆਪਸ਼ਨਸ ਹਨ ਭਾਈ ਗੁਰਦਾਸ ਜੀ ਦੇ ਪਿਤਾ, ਭਾਈ ਨੰਦ ਲਾਲ ਜੀ ਦੇ ਪਿਤਾ, ਬਾਬਾ ਬੁੱਢਾ ਜੀ ਦੇ ਭਰਾ, ਜਾਂ ਫਿਰ ਭਾਈ ਨੰਦ ਲਾਲ ਜੀ ਦੇ ਦਾਦਾ ਜੀ। ਬਾਬਾ ਬੁੱਢਾ ਜੀ ਦੇ ਭਰਾ। ਤੁਹਾਡਾ ਜਵਾਬ ਗਲਤ ਹੋ ਗਿਆ ਇਸ ਵਾਰ। ਇਸਦਾ ਸਹੀ ਜਵਾਬ ਸੀ ਭਾਈ ਨੰਦ ਲਾਲ ਜੀ ਦੇ ਪਿਤਾ ਜੀ। ਠੀਕ ਹੈ ਜੀ, ਕੋਈ ਗੱਲ ਨਹੀਂ, ਸਾਨੂੰ ਇੱਕ ਜਵਾਬ ਪਤਾ ਲੱਗ ਗਿਆ ਨਾ ਹੋਰ। ਠੀਕ ਹੈ ਨਾ ਜੀ, ਐੜਾ ਟੀਮ ਲਈ ਹੁਣ ਸਵਾਲ ਹੈ, ਸਿੱਖ ਢਾਡੀ ਵਾਰਾਂ ਗਾਉਣ ਦੀ ਪਰੰਪਰਾ ਕਿਸ ਗੁਰੂ ਸਾਹਿਬ ਨੇ ਆਰੰਭ ਕੀਤੀ? ਆਪਸ਼ਨਸ ਨੇ ਗੁਰੂ ਹਰਕ੍ਰਿਸ਼ਨ ਜੀ, ਗੁਰੂ ਗੋਬਿੰਦ ਸਿੰਘ ਜੀ, ਗੁਰੂ ਹਰਗੋਬਿੰਦ ਸਾਹਿਬ ਜੀ, ਗੁਰੂ ਹਰਰਾਏ ਸਾਹਿਬ ਜੀ। ਗੁਰੂ ਹਰਗੋਬਿੰਦ ਸਾਹਿਬ ਜੀ। ਜੀ, ਗੁਰੂ ਹਰਗੋਬਿੰਦ ਸਾਹਿਬ ਜੀ ਜਿਨ੍ਹਾਂ ਨੇ ਸਿੱਖ ਢਾਡੀ ਵਾਰਾਂ ਗਾਉਣ ਦੀ ਪਰੰਪਰਾ ਸ਼ੁਰੂ ਕੀਤੀ, ਅਤੇ ਇਹ ਪਰੰਪਰਾ ਅੱਜ ਤੱਕ ਚੱਲ ਰਹੀ ਹੈ। ਅਸੀਂ ਸੁਣਦੇ ਹਾਂ ਅਤੇ ਇਹਦਾ ਆਨੰਦ ਮਾਣਦੇ ਹਾਂ, ਆਪਣੇ ਸਿੱਖ ਇਤਿਹਾਸ ਤੋਂ ਵੀ ਜਾਣੂ ਹੁੰਦੇ ਹਾਂ ਨਾ ਇਸ ਪਰੰਪਰਾ ਰਾਹੀਂ। ਸਹੀ ਜਵਾਬ ਹੈ ਜੀ, ਅਤੇ ਐੜਾ ਟੀਮ ਨੂੰ 10 ਨੰਬਰ ਪਹਿਲਾਂ ਹੀ ਜੱਜ ਸਾਹਿਬ ਨੇ ਦੇ ਦਿੱਤੇ ਨੇ ਜੀ। ਅਤੇ ਹੁਣ ਚੱਲਦੇ ਹਾਂ ਈੜੀ ਟੀਮ ਵੱਲ। ਈੜੀ ਟੀਮ, ਤੁਹਾਡਾ ਸਵਾਲ ਹੈ, ਬਾਬਾ ਬੁੱਢਾ ਜੀ ਦਾ ਅੰਤਿਮ ਸੰਸਕਾਰ ਕਿੱਥੇ ਕੀਤਾ ਗਿਆ? ਤੁਹਾਡੇ ਆਪਸ਼ਨਸ ਹਨ ਰਮਦਾਸ, ਠੱਠਾ, ਕੱਥੂ ਨੰਗਲ, ਜਾਂ ਫਿਰ ਚਬਾਲ। ਮਾਝੇ ਦੀ ਧਰਤੀ ਤੋਂ ਆਈ ਹੋਈ ਟੀਮ, ਤੇ ਉੱਥੋਂ ਦਾ ਹੀ ਸਵਾਲ। ਰਮਦਾਸ ਵਿਖੇ। ਬਹੁਤ ਹੀ ਸੋਚ ਵਿਚਾਰ ਕਰਕੇ ਬੱਚਿਆਂ ਨੇ ਜਵਾਬ ਦਿੱਤਾ, ਤੇ ਜਵਾਬ ਤੁਹਾਡਾ ਬਿਲਕੁਲ ਦਰੁਸਤ ਹੈ ਜੀ, ਤੇ ਤੁਹਾਡੇ ਖਾਤੇ ਦੇ ਵਿੱਚ ਜੁੜਦੇ ਹਨ 10 ਅੰਕ। ਵਾਹ ਜੀ ਵਾਹ। ਹੁਣ ਚੱਲਦੇ ਹਾਂ ਸੱਸਾ ਟੀਮ ਦੇ ਕੋਲ। ਸਵਾਲ ਹੈ, ਉਹਨਾਂ ਦੋ ਘੋੜਿਆਂ ਦੇ ਨਾਮ ਦੱਸੋ ਜਿਹੜੇ ਸਿੱਖਾਂ ਪਾਸੋਂ ਮੁਗਲਾਂ ਨੇ ਖੋਹੇ ਸਨ। ਨਾਮ ਨੇ ਜੀ ਦਿਲਬਾਗ ਤੇ ਗੁਰਬਾਜ, ਸਰਤਾਜ ਤੇ ਗੁਲਬਾਗ, ਦਿਲਬਾਗ ਤੇ ਗੁਲਬਾਗ, ਸਰਤਾਜ ਤੇ ਦਿਲਬਾਗ। ਗੁਲਬਾਗ ਤੇ ਦਿਲਬਾਗ। ਗੁਲਬਾਗ ਤੇ ਦਿਲਬਾਗ। ਸਹੀ ਹੈ? ਹਾਂਜੀ। ਫਿਰ ਨੰਬਰ ਦੇ ਦਈਏ? ਹਾਂਜੀ। ਪੱਕਾ? ਹਾਂਜੀ। ਸੋ ਬਿਲਕੁਲ ਠੀਕ ਹੈ ਜੀ, ਸਹੀ ਜਵਾਬ, ਤੇ 10 ਅੰਕ ਸੱਸਾ ਟੀਮ ਦੇ ਖਾਤੇ ਵਿੱਚ ਫਿਰ ਤੋਂ ਪਹੁੰਚ ਚੁੱਕੇ ਨੇ ਜੀ। ਚਲਦੇ ਹਾਂ ਜੀ ਫਿਰ ਤੋਂ ਟੀਮ ਊੜਾ ਦੇ ਕੋਲ। ਟੀਮ ਊੜਾ, ਤੁਹਾਡਾ ਅਗਲਾ ਸਵਾਲ, ਗੋਇੰਦਵਾਲ ਨਗਰ ਦਾ ਨਾਂ ਗੁਰੂ ਜੀ ਨੇ ਕਿਸ ਸਿੱਖ ਦੇ ਨਾਮ ਤੇ ਰੱਖਿਆ? ਤੁਹਾਡੇ ਆਪਸ਼ਨਸ ਹਨ ਭਾਈ ਗੁਰਦਾਸ ਜੀ ਦੇ, ਭਾਈ ਗੇਂਦਾ ਜੀ ਦੇ, ਭਾਈ ਗੁਰਦਿੱਤਾ ਜੀ ਦੇ, ਜਾਂ ਫਿਰ ਭਾਈ ਗੋਇੰਦੇ ਜੀ ਦੇ। ਭਾਈ ਗੋਇੰਦੇ ਜੀ ਦੇ। ਤੁਹਾਡਾ ਜਵਾਬ ਬਿਲਕੁਲ ਸਹੀ ਕਰ ਦਈਏ ਫਿਰ ਅਸੀਂ, ਕੀ ਲੱਗਦਾ ਤੁਹਾਡਾ ਜਵਾਬ ਸਹੀ ਹੋਏਗਾ? ਕਰ ਦਿੰਦੇ ਹਾਂ ਜੀ ਫਿਰ ਅਸੀਂ ਸਹੀ, ਬਿਲਕੁਲ ਸਹੀ ਜਵਾਬ, ਅਤੇ ਇਸ ਦੇ ਨਾਲ ਹੀ ਤੁਹਾਡੇ ਖਾਤੇ ਦੇ ਵਿੱਚ ਅਸੀਂ 10 ਅੰਕ ਜੋੜ ਦਿੰਦੇ ਹਾਂ ਜੀ। ਆਤਮ ਵਿਸ਼ਵਾਸ ਹੀ ਬਹੁਤ ਹੈ ਇਸ ਜਵਾਬ ਦੇ ਲਈ, ਤਾਂ ਹੀ ਉਹ ਕਹਿੰਦੇ ਸੀ ਕਿ ਤੁਸੀਂ ਨੰਬਰ ਘੱਟ ਹੀ ਨਹੀਂ ਸਕਦੇ। 10 ਨੰਬਰ ਇਹਨਾਂ ਦੇ ਖਾਤੇ ਵਿੱਚ ਊੜਾ ਟੀਮ ਦੇ ਪਹੁੰਚ ਚੁੱਕੇ ਨੇ। ਹੁਣ ਚੱਲਦੇ ਹਾਂ ਜੀ ਐੜਾ ਟੀਮ ਦੇ ਕੋਲ। ਤੁਹਾਡੇ ਲਈ ਸਵਾਲ ਹੈ, ਗੁਰੂ ਗੋਬਿੰਦ ਸਿੰਘ ਜੀ ਨੇ ਰੰਗਰੇਟਾ ਗੁਰੂ ਕਾ ਬੇਟਾ ਕਿਸ ਨੂੰ ਕਿਹਾ? ਆਪਸ਼ਨਸ ਨੇ ਭਾਈ ਹਿੰਮਤ ਸਿੰਘ ਜੀ, ਭਾਈ ਦਇਆ ਸਿੰਘ ਜੀ, ਭਾਈ ਜੈਤਾ ਜੀ, ਭਾਈ ਸਾਹਿਬ ਸਿੰਘ ਜੀ। ਭਾਈ ਜੈਤਾ ਜੀ। ਸੋ ਜਵਾਬ ਆਇਆ ਜੀ ਭਾਈ ਜੈਤਾ ਜੀ, ਬਿਲਕੁਲ ਸਹੀ ਜਵਾਬ। ਫਿਰ ਤੋਂ ਐੜਾ ਟੀਮ ਊੜਾ ਟੀਮ ਨੂੰ ਟੱਕਰ ਦਿੰਦੀ ਹੋਈ 10 ਅੰਕ ਆਪਣੇ ਖਾਤੇ ਵਿੱਚ ਜੋੜ ਚੁੱਕੀ ਹੈ ਜੀ। ਚੱਲਦੇ ਹਾਂ ਫਿਰ ਤੋਂ ਟੀਮ ਈੜੀ ਦੇ ਕੋਲ। ਟੀਮ ਈੜੀ,
ਤਰਨ ਤਾਰਨ ਸਾਹਿਬ ਤੋਂ ਆਏ। ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਕਿਹੜੇ ਸਿੱਖ ਤੋਂ ਬਾਣੀ ਸੁਣ ਕੇ ਗੁਰੂ ਨਾਨਕ ਦੇਵ ਜੀ ਨੂੰ ਮਿਲਣ ਦੀ ਇੱਛਾ ਪ੍ਰਗਟ ਕੀਤੀ? ਤੁਹਾਡੇ ਆਪਸ਼ਨਸ ਹਨ ਭਾਈ ਮਰਦਾਨਾ ਜੀ, ਭਾਈ ਬਾਲਾ ਜੀ, ਭਾਈ ਜੋਧ ਜੀ ਜਾਂ ਫਿਰ ਭਾਈ ਜੈ ਰਾਮ ਜੀ। ਭਾਈ ਜੋਧ ਜੀ। ਮੈਂ ਤੁਹਾਡਾ ਜਵਾਬ ਫਿਰ ਦੱਸਦੀ ਹਾਂ, ਤੁਸੀਂ ਉਹਨਾਂ ਨੂੰ ਕਿਉਂ ਕਿਹਾ ਜਦ ਤੁਹਾਨੂੰ ਪਤਾ ਸੀ? ਹੈ ਜੀ, ਉਹ ਸਾਨੂੰ ਲੱਗਦਾ ਸੀ ਨਾ ਕਿ ਹਾਂ ਵੀ ਜਵਾਬ ਸਹੀ ਹੋਏਗਾ। ਟੀਮ ਵਰਕ ਹੈ ਨਾ, ਸਹੀ ਗੱਲ ਹੈ। ਉਹਨਾਂ ਤੋਂ ਇੱਕ ਵਾਰੀ ਮੋਹਰ ਲਵਾਉਣੀ ਹੁੰਦੀ ਹੈ ਵੀ ਇਹ ਜਵਾਬ ਸਹੀ ਹੈ ਜੀ। ਬਿਲਕੁਲ, ਤੁਹਾਡਾ ਬੋਲੋ ਤੇ ਤੁਹਾਡਾ ਜਵਾਬ ਬਿਲਕੁਲ ਸਹੀ ਹੈ ਤੇ ਤੁਹਾਡੇ ਖਾਤੇ ਦੇ ਵਿੱਚ ਅਸੀਂ 10 ਅੰਕ ਜੋੜਦੇ ਹਾਂ। ਤੇ ਸੱਸਾ ਟੀਮ ਲਈ ਸਵਾਲ ਆ ਰਿਹਾ ਜੀ, ਗੁਰੂ ਸਰ ਮਹਿਰਾਜ ਦੀ ਲੜਾਈ ਵਿੱਚ ਮੁਗਲਾਂ ਦੀ ਅਗਵਾਈ ਕਿਸਨੇ ਕੀਤੀ? ਆਪਸ਼ਨਸ ਨੇ ਸਾਸ਼ਲ ਬੇਗ ਤੇ ਬਾਸ਼ਲ ਬੇਗ, ਸਾਸ਼ਲ ਬੇਗ ਤੇ ਲੱਲਾ ਬੇਗ, ਲੱਲਾ ਬੇਗ ਤੇ ਕਮਰ ਬੇਗ, ਕਮਰ ਬੇਗ ਤੇ ਬਾਸ਼ਲ ਬੇਗ। ਲੱਲਾ ਬੇਗ ਤੇ ਕਮਰ ਬੇਗ। ਲੱਲਾ ਬੇਗ ਤੇ ਕਮਰ ਬੇਗ। ਸਾਥੀਆਂ ਨੂੰ ਪੁੱਛਿਆ ਗਿਆ ਵੀ ਜਵਾਬ ਇਹ ਬੋਲਦਾ, ਉਧਰੋਂ ਕੋਈ ਗ੍ਰੀਨ ਸਿਗਨਲ ਨਹੀਂ ਮਿਲਿਆ, ਫਿਰ ਵੀ ਫਿਰ ਕਮਰ ਆਪਣੇ ਮੋਢਿਆਂ ਤੇ ਇੱਕ ਮਾਂ ਨੇ ਇਹਨੇ ਲੈ ਲਈ ਹੈ ਤੇ ਜਵਾਬ ਦੇ ਦਿੱਤਾ ਹੈ। ਤੇ ਪੁੱਤ ਤੂੰ ਜਿਹੜਾ ਹੌਸਲਾ ਕੀਤਾ ਉਹ ਬਿਲਕੁਲ ਸਹੀ ਕੀਤਾ, ਸਹੀ ਜਵਾਬ 10 ਨੰਬਰ ਸੱਸਾ ਟੀਮ ਦੇ ਖਾਤੇ ਦੇ ਵਿੱਚ। ਦੂਜੇ ਰਾਊਂਡ ਦਾ ਆਖਰੀ ਸਵਾਲ ਟੀਮ ਹੂੜਾ ਦੇ ਕੋਲ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਕਿਸ ਤੋਂ ਰਖਵਾਈ? ਤੁਹਾਡੇ ਆਪਸ਼ਨਸ ਹਨ ਗੁਰੂ ਰਾਮਦਾਸ ਜੀ, ਮੀਆਂ ਮੀਰ ਜੀ, ਬਾਬਾ ਬੁੱਢਾ ਜੀ ਜਾਂ ਫਿਰ ਭਾਈ ਗੁਰਦਾਸ ਜੀ। ਮੀਆਂ ਮੀਰ ਜੀ। ਮੈਨੂੰ ਲੱਗਦਾ ਜੇ ਅਸੀਂ ਆਪਸ਼ਨਸ ਆਪ ਜੀ ਨੂੰ ਨਾ ਵੀ ਦਿੰਦੇ ਤੁਸੀਂ ਤਾਂ ਵੀ ਜਵਾਬ ਦੇ ਦੇਣਾ ਸੀ, ਹੈ ਨਾ ਬੱਚਿਓ? ਕਹਿੰਦੇ ਹਾਂਜੀ। ਬਿਲਕੁਲ, ਤੁਹਾਡਾ ਜਵਾਬ ਸਹੀ ਹੈ ਤੇ ਤੁਹਾਡੇ ਖਾਤੇ ਦੇ ਵਿੱਚ 10 ਅੰਕ ਜੁੜਦੇ ਹਨ ਜੀ। ਜੀ, ਤੇ ਹੁਣ ਚੱਲਦੇ ਹਾਂ ਜੀ ਐੜਾ ਟੀਮ ਦੇ ਕੋਲ। ਇਸ ਰਾਊਂਡ ਦਾ ਆਖਰੀ ਸਵਾਲ ਤੁਹਾਡਾ। ਸ੍ਰੀ ਗੁਰੂ ਅਮਰਦਾਸ ਜੀ ਨੇ ਦੋਹਿਤਾ ਬਾਣੀ ਕਾ ਬੋਹਿਤਾ ਕਿਸ ਨੂੰ ਆਖਿਆ? ਆਪਸ਼ਨਸ ਨੇ ਗੁਰੂ ਰਾਮਦਾਸ ਜੀ, ਪ੍ਰਿਥੀ ਚੰਦ ਜੀ, ਗੁਰੂ ਅਰਜਨ ਦੇਵ ਜੀ, ਮਹਾਦੇਵ ਜੀ। ਗੁਰੂ ਅਰਜਨ ਦੇਵ ਜੀ। ਸਹੀ ਜਵਾਬ ਗੁਰੂ ਅਰਜਨ ਦੇਵ ਜੀ, ਬਿਲਕੁਲ ਸਹੀ ਜਵਾਬ ਇਸ ਟੀਮ ਨੇ ਦਿੱਤਾ ਤੇ 10 ਅੰਕ ਆਪਣੇ ਖਾਤੇ ਵਿੱਚ ਜੋੜ ਲਏ ਨੇ। ਵਾਰੀ ਟੀਮ ਈੜੀ ਦੀ। ਜਦੋਂ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਦਿੱਲੀ ਗਏ ਤਾਂ ਉੱਥੇ ਕਿਹੜੀ ਬਿਮਾਰੀ ਫੈਲੀ ਹੋਈ ਸੀ? ਤੁਹਾਡੇ ਆਪਸ਼ਨਸ ਹਨ ਮਲੇਰੀਆ, ਚੇਚਕ, ਪਲੇਗ ਜਾਂ ਫਿਰ ਕੋੜ। ਚੇਚਕ। ਸਹੀ ਜਵਾਬ ਤੇ ਤੁਹਾਡੇ ਖਾਤੇ ਦੇ ਵਿੱਚ 10 ਅੰਕ ਜੋੜੇ ਜਾਂਦੇ ਹਨ। ਹੁਣ ਇਸ ਰਾਊਂਡ ਦਾ ਆਖਰੀ ਸਵਾਲ ਸੱਸਾ ਟੀਮ ਦੇ ਲਈ। ਦਾਰਾ ਸਿੱਕੋ ਔਰੰਗਜ਼ੇਬ ਤੋਂ ਹਾਰ ਕੇ ਕਿਸ ਦੀ ਸ਼ਰਨ ਵਿੱਚ ਆਇਆ? ਗੁਰੂ ਰਾਮਦਾਸ ਜੀ ਦੀ, ਗੁਰੂ ਅਮਰਦਾਸ ਜੀ ਦੀ, ਸ੍ਰੀ ਗੁਰੂ ਹਰਰਾਏ ਜੀ ਦੀ ਜਾਂ ਗੁਰੂ ਅਰਜਨ ਦੇਵ ਜੀ ਦੀ? ਸ੍ਰੀ ਗੁਰੂ ਹਰਰਾਏ ਜੀ। ਇਸ ਜਵਾਬ ਲਈ ਸਾਥੀ ਨੇ ਕਹਿਤਾ ਸੀ ਕਿ ਹਾਂ ਠੀਕ ਹੈ। ਹਾਂਜੀ, ਠੀਕ ਹੈ ਜੀ, ਫਿਰ ਸਲਾਹ ਲਈਏ ਤਾਂ ਸਹੀ ਸਲਾਹ ਤੁਹਾਨੂੰ ਮਿਲੀ ਹੈ। ਸਹੀ ਜਵਾਬ 10 ਅੰਕ ਸੱਸਾ ਟੀਮ ਦੇ ਖਾਤੇ ਵਿੱਚ। ਇਹਦੇ ਨਾਲ ਹੀ ਜਿਹੜਾ ਇਹ ਰਾਊਂਡ ਹੈ ਮੁਕੰਮਲ ਹੁੰਦਾ ਹੈ। ਵਧੀਆ ਜੀ, ਤੀਸਰੇ ਰਾਊਂਡ ਵੱਲ। ਜਾਣਦੇ ਹੋ ਤੀਸਰੇ ਰਾਊਂਡ ਕਿਸ ਚੀਜ਼ ਨਾਲ ਸੰਬੰਧਿਤ ਹੈ? ਮਾਈਕ ਦੇ ਵਿੱਚ ਦੱਸੋ ਤੇ ਤਾਂ ਕਿ ਸਾਡੇ ਦਰਸ਼ਕ ਵੀ ਸੁਣ ਸਕਣ। ਤੀਸਰਾ ਰਾਊਂਡ ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਹੈ ਜੀ। ਠੀਕ ਹੈ, ਤੀਸਰਾ ਰਾਊਂਡ ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਹੈ ਤੇ ਇਸ ਰਾਊਂਡ ਦੇ ਵਿੱਚ ਇੱਕ ਸਹੂਲਤ ਇਹਨਾਂ ਨੂੰ ਦਿੱਤੀ ਗਈ ਹੈ ਬਾਕੀ ਬੱਚਿਆਂ ਨੂੰ ਕਿ ਜੇ ਉਹ ਆਪਣੇ 10 ਅੰਕਾਂ ਤੋਂ ਇਲਾਵਾ ਹੋਰ ਅੰਕ ਲੈਣਾ ਚਾਹੁੰਦੇ ਹੋਣ ਤਾਂ ਲੈ ਸਕਦੇ ਨੇ। ਉਹ ਇਸ ਤਰ੍ਹਾਂ ਕਿ
ਅਸੀਂ ਉਦਾਹਰਣ ਲਈਏ ਕਿ ਊੜਾ ਟੀਮ ਨੂੰ ਇੱਕ ਸਵਾਲ ਪੁੱਛਿਆ ਹੈ, ਜੇ ਊੜਾ ਟੀਮ ਉਹਦਾ ਜਵਾਬ ਨਹੀਂ ਦੇ ਪਾਉਂਦੀ ਜਾਂ ਗਲਤ ਜਵਾਬ ਦਿੰਦੀ ਹੈ ਤਾਂ ਉਹ ਸਵਾਲ ਪਾਸ ਹੋ ਜਾਵੇਗਾ ਐੜਾ ਟੀਮ ਨੂੰ। ਇਸੇ ਤਰ੍ਹਾਂ ਹੀ ਇੱਕ ਟੀਮ ਤੋਂ ਦੂਸਰੀ ਟੀਮ ਨੂੰ ਸਿਰਫ ਇੱਕ ਵਾਰ ਪਾਸ ਹੋਵੇਗਾ ਅਤੇ ਜੇ ਦੂਸਰੀ ਟੀਮ ਉਸਦਾ ਜਵਾਬ ਸਹੀ ਦੇ ਦਿੰਦੀ ਹੈ ਤਾਂ ਉਹਨੂੰ ਬੋਨਸ 5 ਪੁਆਇੰਟਸ ਦਿੱਤੇ ਜਾਣਗੇ। ਸਮਝ ਆ ਗਿਆ ਜੀ ਸਭ ਨੂੰ? ਇੱਕ ਹੋਰ ਚੀਜ਼ ਇੱਥੇ ਦੱਸਣੀ ਬਹੁਤ ਜ਼ਰੂਰੀ ਹੈ ਕਿ ਜਿਹੜਾ ਸਵਾਲ ਹੈ ਉਹ ਇੱਕੋ ਵਾਰੀ ਬੋਲਿਆ ਜਾਵੇਗਾ ਅਤੇ ਆਪਸ਼ਨਸ ਵੀ ਬਾਰ ਬਾਰ ਰਿਪੀਟ ਨਹੀਂ ਕੀਤਾ ਜਾਵੇਗਾ। ਇਸ ਲਈ ਸਾਰੀਆਂ ਟੀਮਾਂ ਨੇ ਜਾਂ ਫਿਰ ਜਿਹੜੀ ਅਗਲੀ ਟੀਮ ਹੈ ਖਾਸ ਤੌਰ 'ਤੇ ਉਹਨੇ ਤਾਂ ਉਸ ਸਵਾਲ ਨੂੰ ਚੰਗੀ ਤਰ੍ਹਾਂ ਸੁਣਨਾ ਹੀ ਹੈ। ਠੀਕ ਹੈ ਜੀ, ਸੋ ਸ਼ੁਰੂਆਤ ਕਰਦੇ ਹਾਂ ਜੀ ਇਸ ਰਾਊਂਡ ਦੀ ਜੋ ਕਿ ਹੈ ਸਿੱਖ ਇਤਿਹਾਸ ਦੇ ਨਾਲ ਸੰਬੰਧਿਤ। ਤੀਜੇ ਰਾਊਂਡ ਦਾ ਪਹਿਲਾ ਸਵਾਲ, ਟੀਮ ਊੜਾ, ਅਕਾਲੀ ਫੂਲਾ ਸਿੰਘ ਦਾ ਜਨਮ ਕਿੱਥੇ ਹੋਇਆ? ਤੁਹਾਡੇ ਆਪਸ਼ਨਸ ਹਨ ਸ਼ੀਹਾਂ ਬਾਂਗਰ, ਬੱਲਰਾ, ਮੂਣਕ ਜਾਂ ਫਿਰ ਸਮਾਣਾ। ਸ਼ੀਹਾਂ ਬਾਂਗਰ। ਤੁਹਾਡਾ ਜਵਾਬ ਸਹੀ ਹੈ ਅਤੇ ਫਿਰ ਜੋੜ ਦਈਏ ਤੁਹਾਡੇ ਖਾਤੇ ਦੇ ਵਿੱਚ ਅਸੀਂ ਅੰਕ। ਬਿਲਕੁਲ ਜੀ, ਤੁਹਾਡੇ ਖਾਤੇ ਵਿੱਚ 10 ਅੰਕ ਜੋੜੇ ਜਾਂਦੇ ਹਨ ਜੀ। ਖੁਸ਼ ਹੋ ਗਏ ਨੇ ਜੀ ਬੱਚੇ, 10 ਅੰਕ ਉਹਨਾਂ ਨੇ ਆਪਣੀ ਮਿਹਨਤ ਦੇ ਲੈ ਲਏ ਨੇ। ਹੁਣ ਚੱਲਦੇ ਹਾਂ ਐੜਾ ਟੀਮ ਦੇ ਕੋਲ। ਐੜਾ ਟੀਮ, ਮੈਂ ਤੁਹਾਨੂੰ ਇੱਕ ਚੀਜ਼ ਹੋਰ ਪੁੱਛਣੀ ਚਾਹੂੰਗੀ ਕਿ ਜਵਾਬ ਤੁਹਾਡੇ ਤਿੰਨਾਂ ਨੂੰ ਹੀ ਕਈ ਵਾਰ ਆਉਂਦਾ ਹੁੰਦਾ, ਤੁਸੀਂ ਸਿਰਫ ਮੇਰੇ ਪਾਸੇ ਵਾਲੇ ਜਿਹੜੇ ਬੈਠੇ ਨੇ ਉਹਨਾਂ ਨੂੰ ਹੀ ਕਿਉਂ ਕਹਿੰਦੇ ਹੋ ਬੋਲਣ ਨੂੰ? ਬਾਕੀਆਂ ਨੂੰ ਲੱਗਦਾ ਵੀ ਆਵਾਜ਼ ਅੱਛੀ ਨਹੀਂ ਤੁਹਾਡੀ, ਕੁਛ ਇਸ ਤਰ੍ਹਾਂ ਦੀ ਗੱਲਬਾਤ ਤਾਂ ਨਹੀਂ ਵੀ ਮਾਈਕ 'ਚ ਆਵਾਜ਼ ਹੋਰ ਹੀ ਤਰ੍ਹਾਂ ਦੀ ਆਊਗੀ ਤਾਂ ਡਰ ਨਾ ਜਾਣ ਬਾਕੀ? ਨਹੀਂ ਜੀ, ਅਤੇ ਮੈਂ ਚਾਹੁੰਦੀ ਹਾਂ ਵੀ ਸਾਰੇ ਹੀ ਜਵਾਬ ਦਿਓ, ਠੀਕ ਹੈ ਨਾ? ਤੁਹਾਡੇ ਲਈ ਸਵਾਲ ਆ ਰਿਹਾ ਜੀ, ਸਿੱਖ ਵਿਦਵਾਨ ਭਾਈ ਰਤਨ ਸਿੰਘ ਭੰਗੂ ਦੇ ਦਾਦਾ ਜੀ ਦਾ ਨਾਮ ਦੱਸੋ। ਆਪਸ਼ਨਸ ਨੇ ਭਾਈ ਤਾਰੂ ਸਿੰਘ ਪੂਲਾ, ਭਾਈ ਤਾਰਾ ਸਿੰਘ ਵਾਂ, ਭਾਈ ਮਹਿਤਾਬ ਸਿੰਘ ਮੀਰਾਕੋਟ, ਭਾਈ ਸੁੱਖਾ ਸਿੰਘ ਮਾੜੀ ਕੰਬੋਕੇ। ਭਾਈ ਮਹਿਤਾਬ ਸਿੰਘ ਮੀਰਾਕੋਟ। ਵਾਹ ਜੀ ਵਾਹ, ਬਹੁਤ ਸੋਹਣਾ ਜਵਾਬ ਦਿੱਤਾ, ਸਹੀ ਜਵਾਬ ਦਿੱਤਾ ਜੀ ਇਹਨਾਂ ਨੇ, ਅਤੇ 10 ਅੰਕ ਐੜਾ ਟੀਮ ਦੇ ਖਾਤੇ ਦੇ ਵਿੱਚ। ਇਸ ਦੇ ਨਾਲ ਹੀ ਚੱਲਦੇ ਹਾਂ ਜੀ ਫਿਰ ਤੋਂ ਟੀਮ ਈੜੀ ਦੇ ਕੋਲ ਜੀ। ਟੀਮ ਈੜੀ, ਤੁਹਾਡਾ ਸਵਾਲ, ਬਾਬਾ ਦੀਪ ਸਿੰਘ ਜੀ ਦੇ ਪਿਤਾ ਦਾ ਕੀ ਨਾਮ ਸੀ? ਤੁਹਾਡੇ ਆਪਸ਼ਨਸ ਹਨ ਭਾਈ ਮਤੀ ਦਾਸ ਜੀ, ਭਾਈ ਡੱਲਾ ਜੀ, ਭਾਈ ਭਗਤਾ ਜੀ ਜਾਂ ਫਿਰ ਭਾਈ ਸੁਮੇਰ ਜੀ। ਭਾਈ ਭਗਤਾ ਜੀ। ਪੂਰੀ ਤਿਆਰੀ ਦੇ ਨਾਲ ਆਏ ਨੇ ਬੱਚੇ ਅਤੇ ਹਰ ਵਾਰ ਪੁੱਛੇ ਗਏ ਸਵਾਲ ਦਾ ਜਵਾਬ ਵੀ ਬਿਲਕੁਲ ਦਰੁਸਤ ਦਿੰਦੇ ਨੇ, ਅਤੇ ਤੁਹਾਡਾ ਤੁਹਾਡਾ ਜਵਾਬ ਬਿਲਕੁਲ ਸਹੀ ਹੈ। ਠੀਕ ਹੈ ਜੀ, ਬਾਕੀ ਲੱਗ ਰਿਹਾ ਕਿ ਸੈਮੀਫਾਈਨਲ ਰਾਊਂਡ ਹੈ ਕਿਉਂਕਿ ਇੱਕ ਤੋਂ ਇੱਕ ਜਵਾਬ ਆ ਰਹੇ ਨੇ ਟੀਮਾਂ ਦੇ। ਹੁਣ ਚੱਲਦੇ ਹਾਂ ਜੀ ਸੱਸਾ ਟੀਮ ਦੇ ਕੋਲ। ਤੁਹਾਡੇ ਲਈ ਸਵਾਲ ਹੈ, ਭਾਈ ਮਤੀ ਦਾਸ ਜੀ ਦੇ ਪਿਤਾ ਜੀ ਦਾ ਕੀ ਨਾਮ ਸੀ? ਆਪਸ਼ਨਸ ਨੇ ਭਾਈ ਮਨੀ ਸਿੰਘ ਜੀ, ਭਾਈ ਪਰਾਗਾ ਜੀ, ਭਾਈ ਦਿਆਲਾ ਜੀ, ਭਾਈ ਵੀਰ ਸਿੰਘ ਜੀ। ਭਾਈ ਪਰਾਗਾ ਜੀ। ਵਾਹ ਜੀ ਵਾਹ, ਫਿਰ ਤੋਂ ਸਹੀ ਜਵਾਬ ਅਤੇ 10 ਅੰਕ ਫਿਰ ਤੋਂ ਸੱਸਾ ਟੀਮ ਦੇ ਖਾਤੇ ਦੇ ਵਿੱਚ। ਮੈਨੂੰ ਲੱਗਦਾ ਸਾਨੂੰ ਨਤੀਜੇ ਕਿੰਨੇ ਔਖੇ ਹੋ ਜਾਣੇ ਨੇ ਇਹਨਾਂ ਦੇ ਜੀ, ਆਸਾਰ ਤਾਂ ਇਹੀ ਲੱਗ ਰਹੇ ਨੇ ਪਰ ਅਜੇ ਮੁਕਾਬਲਾ ਹੈ, ਦੇਖਦੇ ਹਾਂ ਜੀ ਤੇ ਮੁਕਾਬਲੇ ਦੇ ਅੰਤ ਤੱਕ ਕੀ ਰੂਪਰੇਖਾ ਬਣਦੀ ਹੈ। ਬਿਲਕੁਲ ਬਿਲਕੁਲ ਜੀ, ਹੁਣ ਵੇਲਾ ਹੈ ਜੀ ਫਿਰ ਤੋਂ ਟੀਮ ਊੜਾ ਦੇ ਕੋਲ ਚੱਲਦੇ ਹਾਂ ਜੀ। ਟੀਮ ਊੜਾ, ਤੁਹਾਡਾ ਅਗਲਾ ਸਵਾਲ, ਸਰਕਾਰੀ ਪਾਬੰਦੀ ਦੇ ਬਾਵਜੂਦ ਸਰਦਾਰ ਸੁਖਾ ਸਿੰਘ ਕਿਸ ਨਾਲ ਅੰਮ੍ਰਿਤਸਰ ਦਰਸ਼ਨ ਕਰਨ ਗਿਆ? ਤੁਹਾਡੇ ਆਪਸ਼ਨਸ ਹਨ ਭਾਈ ਥਰਾਜ ਸਿੰਘ, ਬਾਬਾ ਬੋਤਾ ਸਿੰਘ, ਭਾਈ ਪ੍ਰਤਾਪ ਸਿੰਘ ਜਾਂ ਫਿਰ ਬਾਬਾ ਗਰਜਾ ਸਿੰਘ। ਬਾਬਾ ਗਰਜਾ ਸਿੰਘ। ਤੁਹਾਡਾ ਜਵਾਬ ਗਲਤ ਹੋ ਗਿਆ, ਇਸਦਾ ਸਹੀ ਜਵਾਬ ਨਹੀਂ ਦੱਸਿਆ ਜਾਵੇਗਾ ਕਿਉਂਕਿ ਇਹ ਪ੍ਰਸ਼ਨ ਜਾਂਦਾ ਜੀ ਐੜਾ ਟੀਮ ਦੇ ਕੋਲ।
ਭਾਈ ਮਹਿਤਾਬ ਸਿੰਘ ਹਾਂਜੀ ਜਵਾਬ ਆਇਆ ਜੀ ਭਾਈ ਮਹਿਤਾਬ ਸਿੰਘ ਇਸੇ ਟੀਮ ਦਾ ਹੀ ਸਵਾਲ ਰਹੇਗਾ ਜੀ ਹੁਣ ਤੱਕ ਇਹਨੂੰ ਅਸੀਂ ਪਾਸ ਨਹੀਂ ਕਰਾਂਗੇ ਤੇ ਦੱਸੋ ਸਹੀ ਹੈ ਕਿ ਗਲਤ ਇਸ ਦਾ ਸਹੀ ਜਵਾਬ ਭਾਈ ਥਰਾਜ ਸਿੰਘ ਦੋਨਾਂ ਟੀਮਾਂ ਵਿੱਚੋਂ ਕਿਸੇ ਨੇ ਵੀ ਇਸ ਦਾ ਜਵਾਬ ਨਹੀਂ ਦਿੱਤਾ ਸੋ ਹੁਣ ਅਸੀਂ ਚੱਲਦੇ ਹਾਂ ਜੀ ਐੜਾ ਟੀਮ ਕੋਲ ਉਹਨਾਂ ਦੇ ਆਪਣੇ ਸਵਾਲ ਦੇ ਲਈ ਤੁਹਾਡੇ ਲਈ ਸਵਾਲ ਹੈ ਕਿ ਨਨਕਾਣਾ ਸਾਹਿਬ ਦੇ ਸ਼ਹੀਦ ਭਾਈ ਦਰਬਾਰਾ ਸਿੰਘ ਜੀ ਦੇ ਪਿਤਾ ਦਾ ਕੀ ਨਾਮ ਸੀ ਆਪਸ਼ਨਸ ਨੇ ਭਾਈ ਕਰਤਾਰ ਸਿੰਘ ਭਾਈ ਕੇਹਰ ਸਿੰਘ ਭਾਈ ਤਾਰਾ ਸਿੰਘ ਭਾਈ ਲਛਮਣ ਸਿੰਘ ਭਾਈ ਕੇਹਰ ਸਿੰਘ ਵਾਹ ਜੀ ਵਾਹ ਪਹਿਲੀ ਵਾਰ ਚ ਸਹੀ ਜਵਾਬ ਤੇ ਪਾਸ ਕਰਨ ਦਾ ਮੌਕਾ ਹੀ ਨਹੀਂ ਦਿੱਤਾ ਤੇ ਸਹੀ ਜਵਾਬ ਭਾਈ ਕੇਹਰ ਸਿੰਘ 10 ਅੰਕ ਐੜਾ ਟੀਮ ਨੇ ਖਾਤੇ ਵਿੱਚ ਜੋੜ ਲਏ ਨੇ ਜੀ ਟੀਮ ਈੜੀ ਤੁਹਾਡਾ ਸਵਾਲ ਜਸਪਤ ਰਾਏ ਦਾ ਸਿਰ ਕਿਸ ਸਿੱਖ ਨੇ ਵੱਢਿਆ ਸੀ ਤੁਹਾਡੇ ਆਪਸ਼ਨਸ ਹਨ ਨੌਨਿਹਾਲ ਸਿੰਘ ਬਚਿੱਤਰ ਸਿੰਘ ਨਿਬਾਹੂ ਸਿੰਘ ਜਾਂ ਫਿਰ ਉਦੇ ਸਿੰਘ ਹਾਂਜੀ ਉਦੇ ਸਿੰਘ ਨਹੀਂ ਜੀ ਸੋ ਗਲਤ ਜਵਾਬ ਪਾਸ ਕੀਤਾ ਜਾਂਦਾ ਹੈ ਟੀਮ ਸੱਸਾ ਨੂੰ ਸਾਨੂੰ ਹਾਂਜੀ ਨੌਨਿਹਾਲ ਸਿੰਘ ਤੁਹਾਡਾ ਜਵਾਬ ਗਲਤ ਹੈ ਇਸ ਦਾ ਸਹੀ ਜਵਾਬ ਸੀ ਨਿਬਾਹੂ ਸਿੰਘ ਠੀਕ ਹੈ ਜੀ ਤੁਹਾਡੇ ਖਾਤੇ ਦੇ ਵਿੱਚ ਇਸ ਦੇ ਕੋਈ ਵੀ ਅੰਕ ਨਹੀਂ ਜੁੜਦਾ ਹਾਂਜੀ ਤੇ ਹੁਣ ਸੱਸਾ ਟੀਮ ਦਾ ਆਪਣੇ ਹਿੱਸੇ ਦਾ ਸਵਾਲ ਭਾਈ ਮਰਦਾਨਾ ਜੀ ਦੇ ਪਿਤਾ ਦਾ ਨਾਮ ਦੱਸੋ ਆਪਸ਼ਨਸ ਨੇ ਭਾਈ ਕੰਧਾਰਾ ਜੀ ਭਾਈ ਬਦਰਾ ਜੀ ਭਾਈ ਫਰਿੰਦਾ ਜੀ ਭਾਈ ਰਜਾਦਾ ਜੀ ਭਾਈ ਬਦਰਾ ਜੀ ਵਾਹ ਜੀ ਵਾਹ ਭਾਈ ਬਦਰਾ ਜੀ ਬਿਲਕੁਲ ਸਹੀ ਜਵਾਬ ਤੇ ਫਿਰ ਤੋਂ ਸੱਸਾ ਟੀਮ ਦੇ ਖਾਤੇ ਵਿੱਚ 10 ਅੰਕ ਜੁੜ ਗਏ ਨੇ ਜੀ ਤੇ ਹੁਣ ਚੱਲਦੇ ਹਾਂ ਜੀ ਫਿਰ ਤੋਂ ਊੜਾ ਟੀਮ ਕੋਲ ਉਹਨਾਂ ਦਾ ਸਵਾਲ ਲੈ ਕੇ ਟੀਮ ਊੜਾ ਤੁਹਾਡਾ ਅਗਲਾ ਸਵਾਲ ਗਿਆਨੀ ਗਿਆਨ ਸਿੰਘ ਸੰਸਕ੍ਰਿਤ ਤੇ ਗੁਰਮਤ ਵਿਦਿਆ ਦੇ ਅਧਿਐਨ ਲਈ ਕਿਹੜੇ ਵਿਦਵਾਨ ਕੋਲ ਗਏ ਤੁਹਾਡੇ ਆਪਸ਼ਨਸ ਹਨ ਪੰਡਿਤ ਕਿਰਪਾ ਰਾਮ ਪੰਡਿਤ ਬਦਰੀਨਾਥ ਪੰਡਿਤ ਤਾਰਾ ਸਿੰਘ ਨਰੋਤਮ ਜਾਂ ਫਿਰ ਪੰਡਿਤ ਤਿਲੋਕ ਦਾਸ ਪੰਡਿਤ ਕਿਰਪਾ ਰਾਮ ਨਹੀਂ ਜੀ ਇਹ ਸਵਾਲ ਅੱਗੇ ਪਾਸ ਕੀਤਾ ਜਾਂਦਾ ਹੈ ਟੀਮ ਅੜਾ ਦੇ ਕੋਲ ਤਾਰਾ ਸਿੰਘ ਨਿਰੋਤਮ ਕਿਹੜਾ ਬੋਲਿਆ ਤੁਸੀਂ ਜੀ ਬੋਲੋ ਤਾਰਾ ਸਿੰਘ ਨਿਰੋਤਮ ਟੀਮ ਅੜਾ ਨੇ ਇਸ ਦਾ ਸਹੀ ਜਵਾਬ ਦਿੱਤਾ ਤੇ ਤੁਹਾਡੇ ਖਾਤੇ ਦੇ ਵਿੱਚ ਫੇਰ ਜੋੜ ਦਿੰਦੇ ਆ ਜੀ ਅਸੀਂ 10 ਅੰਕ ਨਹੀਂ ਜੀ 5 ਅੰਕ ਸਿੱਖ ਇਤਿਹਾਸ ਨਾਲ ਸੰਬੰਧਿਤ ਇਸ ਰਾਊਂਡ ਵਿੱਚ ਚੱਲਦੇ ਆ ਜੀ ਐੜਾ ਟੀਮ ਕੋਲ ਤੁਹਾਡੇ ਲਈ ਸਵਾਲ ਹੈ ਗਿਆਨੀ ਗਿਆਨ ਸਿੰਘ ਜੀ ਕਿਸ ਰਿਆਸਤ ਦੀ ਫੌਜ ਵਿੱਚ ਭਰਤੀ ਹੋਏ ਆਪਸ਼ਨਸ ਨੇ ਪਟਿਆਲਾ ਲਾਹੌਰ ਕਹਿਲੂਰ ਜੀਂਦ ਪਟਿਆਲਾ ਰਿਆਸਤ ਦੇ ਵਿੱਚ ਬਿਲਕੁਲ ਸ਼ਿਓਰ ਹੋ ਜੀ ਜੇ ਤੁਸੀਂ ਕਹਿ ਦਿੰਦੇ ਜੀਂਦ ਫਿਰ ਗਲਤ ਹੋ ਜਾਂਦਾ ਸਹੀ ਜਵਾਬ ਹੈ ਜੀ ਪਟਿਆਲਾ ਬਿਲਕੁਲ ਤੇ 10 ਨੰਬਰ ਫਿਰ ਤੁਹਾਡਾ ਟੀਮ ਨੇ ਆਪਣੇ ਖਾਤੇ ਵਿੱਚ ਜੋੜ ਲਏ ਨੇ ਜੀ ਚੱਲਦੇ ਹਾਂ ਫਿਰ ਤੋਂ ਟੀਮ ਈੜੀ ਦੇ ਕੋਲ ਟੀਮ ਈੜੀ ਤੁਹਾਡਾ ਸਵਾਲ ਹੈ ਸਿੱਖ ਵਿਦਵਾਨ ਹਰਬੰਸ ਸਿੰਘ ਜੀ ਦੇ ਮਾਤਾ ਜੀ ਦਾ ਕੀ ਨਾਂ ਸੀ ਤੇ ਤੁਹਾਡੇ ਆਪਸ਼ਨਸ ਹਨ ਰੂਪਾ ਦੇਵੀ ਰਾਣੀ ਕੌਰ ਰਾਣੀ ਦੇਵੀ ਜਾਂ ਫਿਰ ਰੂਪ ਕੌਰ ਰੂਪ ਕੌਰ ਟੀਮ ਈੜੀ ਤੁਹਾਡਾ ਜਵਾਬ ਬਿਲਕੁਲ ਸਹੀ ਹੈ ਰੂਪ ਕੌਰ
ਸਹੀ ਜਵਾਬ ਦਿੱਤਾ ਤੁਸੀਂ ਬਹੁਤ ਸੋਹਣਾ ਜਵਾਬ ਦਿੱਤਾ ਜੀ ਟੀਮ ਈੜੀ ਨੇ ਤੇ 10 ਨੰਬਰ ਖਾਤੇ ਵਿੱਚ ਜੋੜ ਲਏ ਨੇ ਹੁਣ ਚੱਲ ਰਹੇ ਹਾਂ ਜੀ ਸੱਸਾ ਟੀਮ ਦੇ ਕੋਲ ਤੁਹਾਡਾ ਸਵਾਲ ਹੈ ਖਾਲਸਾ ਟ੍ਰੈਕਟ ਸੁਸਾਇਟੀ ਦਾ ਨਿਰਮਾਣ ਕਿਸਨੇ ਕੀਤਾ ਖਾਲਸਾ ਟ੍ਰੈਕਟ ਸੁਸਾਇਟੀ ਠੀਕ ਹੈ ਜੀ ਆਪਸ਼ਨਸ ਨੇ ਭਾਈ ਕਾਨ ਸਿੰਘ ਭਾਈ ਵੀਰ ਸਿੰਘ ਮਾਸਟਰ ਤਾਰਾ ਸਿੰਘ ਭਾਈ ਸੰਤੋਖ ਸਿੰਘ ਭਾਈ ਸੰਤੋਖ ਸਿੰਘ ਸੋ ਜਵਾਬ ਦਿੱਤਾ ਜੀ ਜਿਹੜਾ ਇਹਨਾਂ ਨੇ ਉਹ ਗਲਤ ਹੋ ਗਿਆ ਤੇ ਇਹ ਸਵਾਲ ਜਾਂਦਾ ਜੀ ਊੜਾ ਟੀਮ ਦੇ ਕੋਲ ਭਾਈ ਕਾਨ ਸਿੰਘ ਜਵਾਬ ਇਹਨਾਂ ਵੱਲੋਂ ਵੀ ਗਲਤ ਆਇਆ ਸਹੀ ਜਵਾਬ ਹੈ ਭਾਈ ਵੀਰ ਸਿੰਘ ਸੋ ਦੋਨਾਂ ਟੀਮਾਂ ਨੇ ਹੀ ਸਹੀ ਜਵਾਬ ਨਹੀਂ ਦਿੱਤਾ ਤੇ ਅੰਕ ਕਿਸੇ ਨੂੰ ਵੀ ਨਹੀਂ ਦਿੱਤੇ ਗਏ ਤੇ ਹੁਣ ਚੱਲਦੇ ਹਾਂ ਜੀ ਊੜਾ ਟੀਮ ਦੇ ਕੋਲ ਇਸ ਰਾਊਂਡ ਦੇ ਉਹਨਾਂ ਦੇ ਆਖਰੀ ਸਵਾਲ ਦੇ ਲਈ ਟੀਮ ਊੜਾ ਤੁਹਾਡਾ ਸਵਾਲ ਹੈ ਵਜ਼ੀਰ ਖਾਂ ਅਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਵਿਚਕਾਰ ਜੰਗ ਕਦੋਂ ਹੋਈ ਤੁਹਾਡੇ ਆਪਸ਼ਨਸ ਹਨ 1706 1710 1711 ਜਾਂ ਫਿਰ 1712 1712 ਤੁਹਾਡਾ ਜਵਾਬ ਗਲਤ ਹੈ ਅਸੀਂ ਹੁਣ ਇਹ ਸਵਾਲ ਟੀਮ ਆੜਾ ਦੇ ਕੋਲ ਲੈ ਕੇ ਜਾਂਦੇ ਹਾਂ 1710 ਜੀ ਤੇ ਐੜਾ ਟੀਮ ਨੇ 5 ਬੋਨਸ ਪੁਆਇੰਟਸ ਆਪਣੇ ਖਾਤੇ ਦੇ ਵਿੱਚ ਜੋੜ ਲਏ ਨੇ ਹੁਣ ਐੜਾ ਟੀਮ ਦੇ ਲਈ ਉਹਨਾਂ ਦੇ ਹਿੱਸੇ ਦਾ ਇਸ ਰਾਊਂਡ ਦਾ ਆਖਰੀ ਸਵਾਲ ਸਾਕਾ ਤਰਨ ਤਾਰਨ ਦੇ ਸ਼ਹੀਦਾਂ ਦਾ ਨਾਮ ਦੱਸੋ ਆਪਸ਼ਨਸ ਨੇ ਭਾਈ ਲਛਮਣ ਸਿੰਘ ਤੇ ਭਾਈ ਹੁਕਮ ਸਿੰਘ ਭਾਈ ਉੱਤਮ ਸਿੰਘ ਤੇ ਭਾਈ ਹਜ਼ਾਰਾ ਸਿੰਘ ਭਾਈ ਲਛਮਣ ਸਿੰਘ ਤੇ ਭਾਈ ਉੱਤਮ ਸਿੰਘ ਭਾਈ ਹਜ਼ਾਰਾ ਸਿੰਘ ਤੇ ਭਾਈ ਹੁਕਮ ਸਿੰਘ ਭਾਈ ਹਜ਼ਾਰਾ ਸਿੰਘ ਭਾਈ ਉੱਤਮ ਸਿੰਘ ਫਿਰ ਤੋਂ ਬੋਲੋ ਜੀ ਭਾਈ ਹਜ਼ਾਰਾ ਸਿੰਘ ਭਾਈ ਉੱਤਮ ਸਿੰਘ ਗਲਤ ਜਵਾਬ ਆਇਆ ਜੀ ਐੜਾ ਟੀਮ ਵੱਲੋਂ ਤੇ ਸਵਾਲ ਪਹੁੰਚ ਜਾਂਦਾ ਜੀ ਈਡੀ ਟੀਮ ਦੇ ਕੋਲ ਭਾਈ ਲਛਮਣ ਸਿੰਘ ਭਾਈ ਉੱਤਮ ਸਿੰਘ ਸੋ ਈਡੀ ਟੀਮ ਵੱਲੋਂ ਵੀ ਗਲਤ ਜਵਾਬ ਆਇਆ ਸਹੀ ਜਵਾਬ ਸੀ ਜੀ ਭਾਈ ਹਜ਼ਾਰਾ ਸਿੰਘ ਤੇ ਭਾਈ ਹੁਕਮ ਸਿੰਘ ਠੀਕ ਹੈ ਤੁਸੀਂ ਇੱਕ ਨਾਮ ਗਲਤ ਲੈ ਦਿੱਤਾ ਉਸ ਕਰਕੇ ਤੁਹਾਨੂੰ ਅੰਕ ਨਹੀਂ ਮਿਲ ਰਹੇ ਸੋ ਐੜਾ ਟੀਮ ਵੱਲੋਂ ਵੀ ਸਹੀ ਜਵਾਬ ਨਾ ਦੇਣ ਤੇ ਕੋਈ ਅੰਕ ਨਹੀਂ ਮਿਲਦੇ ਹੁਣ ਚੱਲਦੇ ਹਾਂ ਜੀ ਈੜੀ ਟੀਮ ਦੇ ਕੋਲ ਉਹਨਾਂ ਦੇ ਸਵਾਲ ਦੇ ਲਈ ਟੀਮ ਈੜੀ ਤੁਹਾਡਾ ਅਗਲਾ ਸਵਾਲ ਮਹਾਰਾਜਾ ਰਣਜੀਤ ਸਿੰਘ ਦਾ ਦੇਹਾਂਤ ਕਦੋਂ ਹੋਇਆ ਤੁਹਾਡੇ ਆਪਸ਼ਨਸ ਹਨ 1839 ਈਸਵੀ 1739 ਈਸਵੀ 1845 ਈਸਵੀ ਜਾਂ ਫਿਰ 1745 ਈਸਵੀ ਸਮਾਂ ਰਿਪੀਟ ਕਰੋ ਜੀ ਜਵਾਬ ਤੁਸੀਂ ਆਪਣਾ 1839 1739 ਕਹਿ ਰਹੇ ਹੋ 1839 ਕਿਹਾ ਇਹਨਾਂ ਨੇ ਜੀ ਜੀ ਇਹਨਾਂ ਦਾ ਜਵਾਬ ਬਿਲਕੁਲ ਸਹੀ ਹੈ ਵਾਹ ਜੀ ਵਾਹ ਸਹੀ ਜਵਾਬ ਤੇ 10 ਅੰਕ ਪਹਿਲਾਂ ਹੀ ਆਪਣੇ ਖਾਤੇ ਦੇ ਵਿੱਚ ਇਹਨਾਂ ਨੇ ਇਹ ਸਵਾਲ ਸੱਸਾ ਟੀਮ ਕੋਲ ਜਾਣ ਹੀ ਨਹੀਂ ਦਿੱਤਾ ਜੀ ਤੇ ਕੋਈ ਨਹੀਂ ਹੁਣ ਸੱਸਾ ਟੀਮ ਦੇ ਆਪਣੇ ਹਿੱਸੇ ਦਾ ਸਵਾਲ ਪੁੱਛ ਲੈਂਦੇ ਆ ਮੀਰ ਮੰਨੂ ਨੇ ਲਖਪਤ ਰਾਏ ਨੂੰ ਹਟਾ ਕੇ ਆਪਣਾ ਦੀਵਾਨ ਕਿਸ ਨੂੰ ਲਗਾਇਆ ਸਮਝ ਆਇਆ ਤੁਹਾਨੂੰ ਸਵਾਲ ਆਪਸ਼ਨਸ ਨੇ ਜੀ ਜਸਪਤ ਰਾਏ ਕੌੜਾ ਮੱਲ ਯਈਆ ਖਾਂ ਜਾਂ ਫਿਰ ਇਹਨਾਂ ਵਿੱਚੋਂ ਕੋਈ ਨਹੀਂ
ਜਈਆ ਖਾਂ। ਗਲਤ ਜਵਾਬ ਤੇ ਚੱਲਦੇ ਆ ਜੀ ਊੜਾ ਟੀਮ ਕੋਲ। ਜਸਪਤ ਰਾਏ। ਊੜਾ ਟੀਮ ਨੇ ਵੀ ਬੜੀ ਤੇਜ਼ੀ ਦੇ ਨਾਲ ਜਵਾਬ ਦਿੱਤਾ ਪਰ ਗਲਤ ਜਵਾਬ ਆ ਗਿਆ। ਸਹੀ ਜਵਾਬ ਹੈ ਜੀ ਕੌੜਾ ਮੱਲ, ਤੇ ਸਿੱਖ ਇਹਨਾਂ ਨੂੰ ਪਿਆਰ ਦੇ ਨਾਲ ਮਿੱਠਾ ਮੱਲ ਕਹਿ ਕੇ ਵੀ ਸੰਬੋਧਿਤ ਕਰਦੇ ਹਨ। ਤੇ ਸਹੀ ਜਵਾਬ ਨਹੀਂ ਆਇਆ ਜੀ ਸੱਸਾ ਟੀਮ ਕੋਲੋਂ, ਤੇ ਇਹਦੇ ਨਾਲ ਹੀ 10 ਨੰਬਰ ਉਹਨਾਂ ਦੇ ਖਾਤੇ 'ਚ ਨਹੀਂ ਪਏ ਤੇ ਇਹ ਰਾਊਂਡ ਇੱਥੇ ਹੀ ਸਮਾਪਤ ਹੁੰਦਾ ਜੀ। ਹੁਣ ਚੱਲਦੇ ਹਾਂ ਅਸੀਂ ਅਗਲੇ ਰਾਊਂਡ ਵੱਲ ਜੋ ਕਿ ਹੈ ਸਿੱਖ ਰਹਿਤ ਮਰਿਆਦਾ ਦੇ ਨਾਲ ਸੰਬੰਧਿਤ ਰਾਊਂਡ। ਇਸ ਰਾਊਂਡ ਦੇ ਵਿੱਚ ਸਾਰੀਆਂ ਟੀਮਾਂ ਪਾਸੋਂ 2-2 ਸਵਾਲ ਪੁੱਛੇ ਜਾਣਗੇ। ਸਹੀ ਜਵਾਬ ਦੇਣ ਲਈ 15 ਸੈਕਿੰਡ ਦਾ ਸਮਾਂ ਮਿਲੇਗਾ ਤੇ ਸਹੀ ਜਵਾਬ ਦੇਣ ਤੇ 10 ਅੰਕ ਟੀਮ ਨੂੰ ਮਿਲਣਗੇ। ਇਸ ਰਾਊਂਡ ਦੇ ਵਿੱਚ ਇੱਕ ਚੀਜ਼ ਦਾ ਹੋਰ ਖਾਸ ਧਿਆਨ ਰੱਖਣਾ ਹੈ ਕਿ ਜੇਕਰ ਕੋਈ ਟੀਮ ਸਹੀ ਜਵਾਬ ਨਹੀਂ ਦੇ ਪਾਉਂਦੀ ਜਾਂ ਜਵਾਬ ਦਿੰਦੀ ਹੀ ਨਹੀਂ ਤਾਂ ਉਹ ਜਿਹੜਾ ਸਵਾਲ ਹੈ ਅਗਲੀ ਟੀਮ ਨੂੰ ਪਾਸ ਹੋਵੇਗਾ। ਅਗਲੀ ਟੀਮ ਇਸ ਸਵਾਲ ਦਾ ਜਵਾਬ ਨਹੀਂ ਦੇ ਪਾਉਂਦੀ ਤਾਂ ਉਸ ਤੋਂ ਅਗਲੀ ਨੂੰ ਤੇ ਫਿਰ ਉਸ ਤੋਂ ਵੀ ਅਗਲੀ ਟੀਮ ਨੂੰ ਇਹ ਪਾਸ ਹੋ ਸਕਦਾ ਹੈ। ਜਿਸ ਟੀਮ ਨੂੰ ਸਵਾਲ ਪੁੱਛਿਆ ਜਾਵੇਗਾ ਉਸ ਤੋਂ ਅਗਲੀਆਂ ਤਿੰਨੋਂ ਟੀਮਾਂ ਤੱਕ ਇਹ ਸਵਾਲ ਜੇਕਰ ਕਿਸੇ ਦਾ ਵੀ ਜਵਾਬ ਨਹੀਂ ਆਉਂਦਾ ਤਾਂ ਪਾਸ ਕੀਤਾ ਜਾਵੇਗਾ। ਸਮਝ ਗਏ ਜੀ ਤੁਸੀਂ? ਤੇ ਜਿਹੜੀ ਵੀ ਟੀਮ ਫਿਰ ਉਸ ਬੋਨਸ ਸਵਾਲ ਦਾ ਜਵਾਬ ਦੇਵੇਗੀ ਉਸਨੂੰ 5 ਪੁਆਇੰਟਸ ਦਿੱਤੇ ਜਾਣਗੇ। ਠੀਕ ਹੈ ਜੀ, ਪੁੱਛਿਓ ਜੀ ਫਿਰ ਸਵਾਲ ਊੜਾ ਟੀਮ ਦੇ ਕੋਲੋਂ। ਟੀਮ ਊੜਾ, ਤੁਹਾਡਾ ਸਵਾਲ ਹੈ ਸਿੱਖ ਰਹਿਤ ਮਰਿਆਦਾ ਅਨੁਸਾਰ ਰਹਿਤ ਚ ਭੁੱਲ ਕਰਨ ਵਾਲੇ ਨੂੰ ਕੀ ਕਿਹਾ ਜਾਂਦਾ ਹੈ? ਪਤਿਤ। ਇਹ ਸਵਾਲ ਟੀਮ ਆੜਾ ਨੂੰ ਪਾਸ ਕੀਤਾ ਜਾਂਦਾ ਹੈ। ਸਿੱਖ ਰਹਿਤ ਮਰਿਆਦਾ ਅਨੁਸਾਰ ਰਹਿਤ ਦੇ ਵਿੱਚ ਭੁੱਲ ਕਰਨ ਵਾਲੇ ਨੂੰ ਤਨਖਾਹੀਆ ਕਿਹਾ ਜਾਂਦਾ ਹੈ। ਤੁਹਾਡਾ ਜਵਾਬ ਟੀਮ ਆੜਾ ਸਹੀ ਹੈ ਤੇ ਇਸ ਦੇ ਨਾਲ ਤੁਹਾਡੇ ਖਾਤੇ ਦੇ ਵਿੱਚ 5 ਅੰਕ ਜੁੜ ਜਾਂਦੇ ਨੇ ਜੀ ਬੋਨਸ ਪੁਆਇੰਟਸ। ਬੋਨਸ ਪੁਆਇੰਟ ਬਹੁਤ ਇਕੱਠੇ ਕੀਤੇ ਨੇ, ਹੈ ਨਾ ਐਡਾ ਟੀਮ? ਕਿੰਨੇ ਕੁ ਇਕੱਠੇ ਕਰ ਲਏ, ਗਿਣੇ ਆ? ਨਹੀਂ ਜੀ, ਠੀਕ ਹੈ ਜੀ, ਖੇਡ ਵੱਲ ਧਿਆਨ ਆ ਹਜੇ, ਅੱਛੀ ਗੱਲ ਹੈ। ਹੁਣ ਅਸੀਂ ਚੱਲਦੇ ਹਾਂ ਜੀ ਤੁਹਾਡੇ ਸਵਾਲ ਲਈ। ਸਿੱਖ ਰਹਿਤ ਮਰਿਆਦਾ ਅਨੁਸਾਰ ਅੰਮ੍ਰਿਤ ਸੰਸਕਾਰ ਕਿਸ ਰਹਿਣੀ ਦਾ ਅੰਗ ਹੈ? ਪੰਥਕ ਰਹਿਣੀ। ਜੀ ਵਾਹ, ਬਿਲਕੁਲ ਖੂਬ, ਸਹੀ ਜਵਾਬ। ਨਾਲੇ ਬੋਨਸ ਪੁਆਇੰਟਸ ਲਈ ਜਾਂਦੇ ਨੇ, ਨਾਲੇ ਆਪਣੇ ਸਵਾਲਾਂ ਦੇ ਵੀ ਸਹੀ ਜਵਾਬ ਦੇ ਕੇ ਪੂਰੇ 10 ਅੰਕ ਲੈ ਲੈਣੇ ਜੀ ਐਡਾ ਟੀਮ ਨੇ। ਬੱਚੇ ਪੂਰੀ ਤਿਆਰੀ ਨਾਲ ਆਏ ਨੇ ਡਾਕਟਰ ਜੀ। ਮੁਕਾਬਲਾ ਬਹੁਤ ਕੜਾ ਹੈ ਜੀ, ਸਮਝ ਨਹੀਂ ਆ ਰਹੀ ਕਿ ਕਿਹੜੀ ਟੀਮ ਅੰਤ ਵਿੱਚ ਫਾਈਨਲ ਦੇ ਵਿੱਚ ਕੁਆਲੀਫਾਈ ਕਰੇਗੀ। ਸਾਡੇ ਜੱਜ ਸਾਹਿਬਾਨ ਵੀ ਬਾਰ ਬਾਰ ਸਾਨੂੰ ਦੱਸ ਰਹੇ ਨੇ ਜਿਵੇਂ ਕਿ ਪੂਰਾ ਫਸਵਾਂ ਮੁਕਾਬਲਾ ਹੈ, ਤੇ ਸਾਨੂੰ ਖੁਸ਼ੀ ਵੀ ਹੈ ਜੀ ਚਾਰੋਂ ਟੀਮਾਂ ਇੰਨੀ ਤਿਆਰੀ ਨਾਲ ਆਈਆਂ ਨੇ। ਤੇ ਦੇਖਦੇ ਹਾਂ ਜੀ ਹੁਣ ਈੜੀ ਟੀਮ ਦੀ ਤਿਆਰੀ ਕਿਸ ਤਰ੍ਹਾਂ ਦੀ ਹੈ। ਟੀਮ ਈੜੀ, ਤੁਹਾਡਾ ਸਵਾਲ ਮੀਰੀ ਤੋਂ ਕੀ ਭਾਵ ਹੈ? ਮੀਰੀ ਤੋਂ ਭਾਵ ਸ਼ਕਤੀ, ਸੰਸਾਰਿਕ ਮਾਮਲਿਆਂ ਵਿੱਚ ਅਗਵਾਈ ਕਰਨ ਲਈ। ਠੀਕ ਹੈ ਜੀ। ਜੀ ਠੀਕ ਜਵਾਬ, ਤੇ ਈੜੀ ਟੀਮ ਨੇ 10 ਅੰਕ ਆਪਣੇ ਸਹੀ ਜਵਾਬ ਲਈ ਖਾਤੇ ਵਿੱਚ ਜੋੜ ਲਏ ਨੇ। ਤੇ ਹੁਣ ਸਿਮਰ ਕੌਰ ਜੀ ਚੱਲੀਏ ਫਿਰ ਸੱਸਾ ਟੀਮ ਦੇ ਕੋਲ। ਜੀ ਸੱਸਾ ਟੀਮ ਤਿਆਰ? ਹਾਂਜੀ, ਤੁਹਾਡੇ ਲਈ ਸਵਾਲ ਹੈ ਸਿੱਖ ਰਹਿਤ ਮਰਿਆਦਾ ਅਨੁਸਾਰ ਸੇਵਾ ਕਿਸ ਰਹਿਣੀ ਦਾ ਅੰਗ ਹੈ? ਸਾਕਸ਼ੀ ਰਹਿਣੀ ਦਾ। ਜੀ ਬਿਲਕੁਲ ਸਹੀ ਜਵਾਬ, ਔਰ ਵਿਸ਼ਵਾਸ ਦੇ ਨਾਲ ਬੋਲਿਆ ਕਰੋ, ਉੱਚੀ ਦੇ ਨੇ ਸਹੀ ਜਵਾਬ ਦਿੱਤਾ ਜੀ। 10 ਅੰਕ ਸੱਸਾ ਟੀਮ ਦੇ ਵੀ ਖਾਤੇ ਦੇ ਵਿੱਚ। ਹੁਣ ਫਿਰ ਊੜਾ ਟੀਮ ਦੇ ਲਈ ਦੂਸਰਾ ਸਵਾਲ ਇਸ ਰਾਊਂਡ ਦਾ। ਟੀਮ ਊੜਾ ਤੁਹਾਡਾ ਅਗਲਾ ਸਵਾਲ, ਤਿਆਰ ਹੋ ਫਿਰ ਪੁੱਛੀਏ ਸਵਾਲ। ਖਾਲਸਾਈ ਬੋਲਿਆਂ 'ਚ ਆਕਾਸ਼ੀ ਪਰੀ ਨੂੰ ਕੀ ਕਹਿੰਦੇ ਹਨ?
ਬੜਾ ਦਿਲਚਸਪ ਰਾਊਂਡ। ਖਾਲਸਾਈ ਬੋਲਿਆਂ ਦੇ ਵਿੱਚ ਵੱਖ ਵੱਖ ਸ਼ਬਦਾਂ ਲਈ ਕੀ ਸਮਾਂ ਸਮਾਪਤ ਹੁੰਦਾ ਹੈ? ਇਹ ਸਵਾਲ ਜਾਂਦਾ ਹੈ ਜੀ ਐੜਾ ਟੀਮ ਨੂੰ। ਖਾਲਸਾਈ ਬੋਲਿਆਂ ਵਿੱਚ ਆਕਾਸ਼ਪੁਰੀ ਨੂੰ ਬੱਕਰੀ ਕਿਹਾ ਜਾਂਦਾ ਹੈ। ਜੀ ਜੀ ਬਿਲਕੁਲ ਸਹੀ ਜਵਾਬ ਦਿੱਤਾ ਬੱਚਿਆਂ ਨੇ। ਇਹ ਟੀਮ ਬੋਨਸ ਪੁਆਇੰਟ ਲੈਣ ਤੋਂ ਬਾਜ਼ ਨਹੀਂ ਆ ਰਹੀ ਔਰ ਅੱਗੇ ਵੱਧਦੀ ਜਾ ਰਹੀ ਹੈ ਜੀ। ਤੇ ਹੁਣ ਤੁਹਾਡੇ ਲਈ ਆਪਣਾ ਸਵਾਲ, ਖਾਲਸਾਈ ਬੋਲਿਆਂ 'ਚ ਲੂਣ ਨੂੰ ਕੀ ਕਿਹਾ ਜਾਂਦਾ ਹੈ? ਖਾਲਸਾਈ ਬੋਲਿਆਂ ਵਿੱਚ ਲੂਣ ਨੂੰ ਸਰਬਰਸ ਕਿਹਾ ਜਾਂਦਾ ਹੈ। ਪੂਰੀ ਤਿਆਰੀ ਦੇ ਨਾਲ ਆਈ ਹੈ ਜੀ ਟੀਮ, ਸਹੀ ਜਵਾਬ ਦਿੱਤਾ ਇਹਨਾਂ ਨੇ ਤੇ 10 ਅੰਕ ਫਿਰ ਤੋਂ ਇਹਨਾਂ ਦੇ ਖਾਤੇ ਵਿੱਚ। ਚੱਲਦੇ ਹਾਂ ਜੀ ਫਿਰ ਤੋਂ ਟੀਮ ਈੜੀ ਦੇ ਕੋਲ। ਜੀ ਈੜੀ ਟੀਮ ਕੋਲ। ਟੀਮ ਈੜੀ, ਤੁਹਾਡਾ ਸਵਾਲ, ਖਾਲਸਾਈ ਬੋਲਿਆਂ 'ਚ ਕੋਤਵਾਲ ਕਿਸ ਨੂੰ ਕਹਿੰਦੇ ਹਨ? ਜੇਲ੍ਹ ਨੂੰ। ਤੁਹਾਡਾ ਜਵਾਬ ਗਲਤ ਹੈ, ਇਹ ਪਾਸ ਕੀਤਾ ਜਾਂਦਾ ਸਵਾਲ ਅਗਲੀ ਟੀਮ ਨੂੰ। ਸੱਸਾ ਟੀਮ ਤੁਹਾਡੇ ਕੋਲ ਆ ਗਿਆ ਜੀ ਸਵਾਲ। ਚੋਰ। ਨਹੀਂ ਜੀ ਤੁਹਾਡਾ ਜਵਾਬ ਗਲਤ ਹੈ, ਇਹ ਪਾਸ ਹੁੰਦਾ ਜੀ ਫਿਰ ਊੜਾ ਟੀਮ ਕੋਲ ਸਵਾਲ। ਕੈਦੀ ਨੂੰ। ਗਲਤ ਜਵਾਬ। ਐੜਾ ਟੀਮ। ਚਾਕੂ। ਕਿਆ ਬਾਤ ਹੈ, ਕਿਆ ਬਾਤ ਹੈ ਟੀਮ ਆੜਾ, ਅੰਕ ਤੇ ਅੰਕ ਜੋੜਦੀ ਹੋਈ ਪੰਜ ਅੱਗੇ ਵੱਧ ਰਹੀ ਹੈ। ਕਿੰਨੇ ਹੀ ਅੰਕ ਬਟੋਰ ਲੈਣੇ ਇਹਨਾਂ ਨੇ ਸਾਨੂੰ ਲੱਗਦਾ ਹੈ। ਤੇ ਹੁਣ ਵਾਰੀ ਹੈ ਜੀ ਸੱਸਾ ਟੀਮ ਦੇ ਆਪਣੇ ਸਵਾਲ ਦੀ, ਹੈ ਨਾ ਜੀ। ਤੁਹਾਡੇ ਲਈ ਸਵਾਲ ਹੈ, ਖਾਲਸਾਈ ਬੋਲਿਆਂ 'ਚ ਧੌਲੇ ਭਾਵ ਚਿੱਟੇ ਵਾਲ ਇਹਨਾਂ ਨੂੰ ਕੀ ਕਿਹਾ ਜਾਂਦਾ? ਹੀਰੇ। ਹਾਂ ਇਹ ਜਵਾਬ ਆਉਂਦਾ ਸੀ ਜੀ, ਹੀਰੇ। ਸਹੀ ਜਵਾਬ ਦਿੱਤਾ ਸੱਸਾ ਟੀਮ ਨੇ ਤੇ 10 ਅੰਕ ਆਪਣੇ ਖਾਤੇ ਜੋੜ ਲਏ ਨੇ। ਤੇ ਸਿਮਰ ਕੌਰ ਜੀ, ਇਹ ਰਾਊਂਡ ਇੱਥੇ ਪੂਰਾ ਹੁੰਦਾ ਜੀ। ਰਹਿਤ ਮਰਿਆਦਾ ਨਾਲ ਸੰਬੰਧਿਤ ਰਾਊਂਡ ਚੱਲ ਰਿਹਾ ਸੀ ਤੇ ਹੁਣ ਤੱਕ ਦੇ 4 ਰਾਊਂਡ ਮੁਕੰਮਲ ਹੋ ਚੁੱਕੇ ਨੇ। ਹੁਣ ਤੱਕ ਦੇ ਨਤੀਜਿਆਂ ਵਿੱਚ ਜਿਹੜੀ ਐੜਾ ਟੀਮ ਹੈ ਸਭ ਤੋਂ ਅੱਗੇ ਚੱਲਦੀ ਹੋਈ, ਈੜੀ ਤੇ ਸੱਸਾ ਟੀਮ ਇਸ ਤੋਂ ਬਾਅਦ ਬਰਾਬਰੀ ਤੇ ਨੇ ਤੇ ਊੜਾ ਟੀਮ ਸਭ ਤੋਂ ਪਿੱਛੇ ਚੱਲ ਰਹੀ ਹੈ। ਪਰ ਹਜੇ 1 ਰਾਊਂਡ ਬਾਕੀ ਹੈ ਜੋ ਕਿ ਹੈ ਚਲੰਤ ਮੁੱਦਿਆਂ ਦੇ ਨਾਲ ਸੰਬੰਧਿਤ। ਇਸ ਰਾਊਂਡ ਦੇ ਵਿੱਚ ਹਰੇਕ ਟੀਮ ਪਾਸੋਂ 2-2 ਸਵਾਲ ਪੁੱਛੇ ਜਾਣਗੇ। ਸਹੀ ਜਵਾਬ ਦੇਣ ਤੇ 10 ਅੰਕ ਮਿਲਣਗੇ ਤੇ ਸਮਾਂ ਹੋਵੇਗਾ 15 ਸੈਕਿੰਡ ਦਾ। ਤੇ ਜੇਕਰ ਟੀਮ ਨੂੰ ਸਵਾਲ ਦੇ ਵਿੱਚ ਜਿਹੜੀਆਂ ਆਪਸ਼ਨਸ ਨੇ ਉਹਨਾਂ ਵਿੱਚੋਂ ਜਵਾਬ ਨਹੀਂ ਸਮਝ ਆ ਰਿਹਾ ਤਾਂ ਉਹਨਾਂ ਕੋਲ ਇੱਕ ਸਹੂਲਤ ਹੈ 50-50 ਦੀ। ਉਹ ਸਾਨੂੰ 50-50 ਦੀ ਸਹੂਲਤ ਦੇ ਲਈ ਕਹਿ ਸਕਦੇ ਨੇ, ਜਿਸ ਨਾਲ ਉਹਨਾਂ ਨੂੰ ਕੋਈ 2 ਆਪਸ਼ਨਸ ਫਿਰ ਦਿੱਤੀਆਂ ਜਾਣਗੀਆਂ ਜਿਹਦੇ ਵਿੱਚ 1 ਆਪਸ਼ਨ ਸਹੀ ਹੋਵੇਗੀ ਜੀ ਤੇ 1 ਗਲਤ। ਸਮਝ ਆ ਗਿਆ ਸਾਰੀਆਂ ਟੀਮਾਂ ਨੂੰ ਜੀ? ਫਿਰ ਚੱਲੀਏ ਜੀ ਇਸ ਰਾਊਂਡ ਵੱਲ। ਹਾਂਜੀ, ਇਸ ਰਾਊਂਡ ਦੇ ਵਿੱਚੋਂ ਪਾਸ ਕਰਕੇ ਕਿਹੜੇ ਰਾਊਂਡ ਵਿੱਚ ਜਾਣਾ ਚਾਹੁੰਦੇ ਹੋ ਜੀ? ਮਾਯੂਸ ਨਹੀਂ ਹੋਣਾ ਕਿ ਸਾਡੇ ਅੰਕ ਘਟ ਗਏ ਨੇ, ਕੋਈ ਗੱਲ ਨਹੀਂ, ਤੁਸੀਂ ਇੱਥੇ ਤੱਕ ਪਹੁੰਚੇ ਹੋ, ਹਜੇ ਆਪਣੇ ਕੋਲ 1 ਰਾਊਂਡ ਬਾਕੀ ਹੈ। ਠੀਕ ਹੈ ਜੀ, ਚੱਲੀਏ ਜੀ ਫਿਰ ਟੀਮ ਊੜਾ, ਕਰੀਏ ਫਿਰ ਸ਼ੁਰੂਆਤ ਆਪਣੇ ਅਗਲੇ ਇਸ ਰਾਊਂਡ ਦੀ ਜੀ। ਹਾਂਜੀ, ਤੁਹਾਡਾ ਪਹਿਲਾ ਸਵਾਲ, ਸਾਹਿਤ ਅਕਾਦਮੀ ਪੁਰਸਕਾਰ ਕਿੰਨੀਆਂ ਭਾਸ਼ਾਵਾਂ ਵਿੱਚ ਦਿੱਤਾ ਜਾਂਦਾ ਹੈ? ਤੁਹਾਡੇ ਆਪਸ਼ਨਸ ਹਨ 20, 24, 22 ਜਾਂ ਫਿਰ 26। ਛੱਬੀ। ਤੁਹਾਡਾ ਜਵਾਬ ਸਹੀ ਹੈ। ਵਾਹ ਜੀ ਵਾਹ,
ਸਹੀ ਜਵਾਬ ਤੇ 50-50 ਲਈ ਨਹੀਂ ਕਿਹਾ ਗਿਆ, ਮੈਨੂੰ ਲੱਗ ਰਿਹਾ ਸੀ ਕਿ ਸ਼ਾਇਦ ਗਲਤੀ ਕਰ ਰਹੇ ਨੇ, ਪਰ ਬੜੇ ਇਹ ਦ੍ਰਿੜ ਸੀਗੇ ਆਪਣੇ ਜਵਾਬ ਨੂੰ ਲੈ ਕੇ, ਤੇ ਸਹੀ ਜਵਾਬ ਦੇ ਨਾਲ 10 ਨੰਬਰ ਦੇ ਨਾਲ ਊੜਾ ਟੀਮ ਨੇ ਇਸ ਰਾਊਂਡ ਵਿੱਚ ਖਾਤਾ ਖੋਲਿਆ ਹੈ। ਹੁਣ ਚੱਲਦੇ ਹਾਂ ਜੀ ਐੜਾ ਟੀਮ ਦੇ ਕੋਲ। ਤੁਹਾਡੇ ਲਈ ਸਵਾਲ ਹੈ ਕਿ ਭਾਰਤ ਦੇ ਕਿਹੜੇ ਬੈਂਕ ਨੇ ਗ੍ਰੀਨ ਰੁਪੀ ਟਰਮ ਡਿਪੋਜ਼ਿਟ ਦੀ ਸ਼ੁਰੂਆਤ ਕੀਤੀ ਹੈ? ਗ੍ਰੀਨ ਰੁਪੀ ਟਰਮ ਆਪਸ਼ਨਸ ਨੇ ਇੰਡੀਅਨ ਬੈਂਕ, HDFC ਬੈਂਕ, ਸਟੇਟ ਬੈਂਕ ਆਫ ਇੰਡੀਆ, ICICI ਬੈਂਕ। 50-50 ਤਾਂ ਇਹਨਾਂ ਨੂੰ ਦੋ ਆਪਸ਼ਨਸ ਦਿੰਦੇ ਹਾਂ ਜੀ, HDFC ਬੈਂਕ, ਸਟੇਟ ਬੈਂਕ ਆਫ ਇੰਡੀਆ। HDFC ਬੈਂਕ ਦੋ ਆਪਸ਼ਨਸ ਲਈ ਕਿਹਾ ਗਿਆ ਸੀ ਜੀ, ਤੇ ਗਲਤ ਆਪਸ਼ਨ ਚੁਣ ਲਈ ਗਈ ਹੈ। ਸਹੀ ਜਵਾਬ ਸੀ ਸਟੇਟ ਬੈਂਕ ਆਫ ਇੰਡੀਆ। ਸੋ ਇਸ ਜਵਾਬ ਲਈ ਅੰਕ ਨਹੀਂ ਮਿਲਦੇ ਇਸ ਟੀਮ ਨੂੰ। ਹੁਣ ਵਾਰੀ ਹੈ ਜੀ ED ਟੀਮ ਦੇ ਸਵਾਲ ਦੀ। ਟੀਮ ਈ, ਤੁਹਾਡਾ ਸਵਾਲ ਹੈ, ਚੰਦਰ ਬਾਬੂ ਨਾਇਡੂ ਆਂਧਰਾ ਪ੍ਰਦੇਸ਼ ਦੇ ਕਿੰਨਵੇਂ ਮੁੱਖ ਮੰਤਰੀ ਹਨ? ਤੁਹਾਡੇ ਆਪਸ਼ਨਸ ਹਨ 15ਵੇਂ, 16ਵੇਂ, 17ਵੇਂ ਜਾਂ ਫਿਰ 18ਵੇਂ। ਸ਼ੁਰੂਆਤ ਦੇ ਵਿੱਚ ਹੀ 50-50, 16ਵੇਂ ਜਾਂ ਫਿਰ 18ਵੇਂ। ਮੈਨੂੰ ਕਨਫਰਮ ਕਰਦੇ ਹੋਏ ਬੱਚੇ ਪੁੱਛ ਰਹੇ ਨੇ, ਤੇ ਮੈਂ ਕਹਾਂਗੀ ਬਿਲਕੁਲ ਸਹੀ ਜਵਾਬ ਦਿੱਤਾ ਤੁਸੀਂ, 18ਵੇਂ ਜੀ। ਤਾਂ ਇਹ 50-50 ਦਾ ਬਿਲਕੁਲ ਸਹੀ ਫਾਇਦਾ ਉਠਾਇਆ ਗਿਆ ਟੀਮ ED ਵੱਲੋਂ। ਹੁਣ ਸੱਸਾ ਟੀਮ ਲਈ ਸਵਾਲ ਹੈ, ਮਾਰਮਾਗਾਓ ਬੰਦਰਗਾਹ ਕਿਸ ਰਾਜ ਵਿੱਚ ਹੈ? ਆਪਸ਼ਨਸ ਨੇ ਗੁਜਰਾਤ, ਤਾਮਿਲਨਾਡੂ, ਗੋਆ, ਮਹਾਰਾਸ਼ਟਰ। ਮੈਮ 50-50 ਤੇ ਦੋ ਆਪਸ਼ਨਸ ਤੁਹਾਨੂੰ ਦੇ ਦਿੰਦੇ ਆ ਜੀ, ਗੋਆ, ਮਹਾਰਾਸ਼ਟਰ। ਸਮਾਂ ਤੁਹਾਡਾ ਸਮਾਪਤ ਹੋਣ ਲੱਗਾ ਹੈ, ਮਹਾਰਾਸ਼ਟਰ। ਸੋ ਫਿਰ ਐੜਾ ਟੀਮ ਵਾਲੀ ਗਲਤੀ ਸੱਸਾ ਟੀਮ ਨੇ ਦੁਹਰਾ ਦਿੱਤੀ ਹੈ, ਗਲਤ ਆਪਸ਼ਨ ਚੁਣ ਲਈ ਗਈ। ਮਾਰਮਾਗਾਓ ਬੰਦਰਗਾਹ ਗੋਆ ਦੇ ਵਿੱਚ ਸਥਿਤ ਹੈ, ਸੋ ਗਲਤ ਜਵਾਬ ਆਇਆ ਜੀ ਸੱਸਾ ਟੀਮ ਵੱਲੋਂ। ਹੁਣ ਚੱਲਦੇ ਹਾਂ ਜੀ ਫਿਰ ਤੋਂ ਇਸ ਮੁਕਾਬਲੇ ਦਾ ਊੜਾ ਟੀਮ ਦਾ ਆਖਰੀ ਸਵਾਲ ਲੈ ਕੇ ਉਹਨਾਂ ਦੇ ਕੋਲ। ਟੀਮ ਊੜਾ, ਤੁਹਾਡਾ ਸਵਾਲ ਹੈ, ਪੈਰਾਓਲੰਪਿਕ 2024 ਵਿੱਚ ਨਿਸ਼ਾਦ ਕੁਮਾਰ ਨੇ ਪੁਰਸ਼ਾਂ ਦੀ ਛਾਲ ਵਿੱਚ ਕਿਹੜਾ ਤਗਮਾ ਜਿੱਤਿਆ? ਸੋਨੇ ਦਾ, ਚਾਂਦੀ ਦਾ, ਤਾਂਬੇ ਦਾ ਜਾਂ ਫਿਰ ਕੋਈ ਤਗਮਾ ਨਹੀਂ ਜਿੱਤਿਆ? ਸੋਨੇ ਦਾ ਜਾਂ ਫਿਰ ਚਾਂਦੀ ਦਾ? ਸੋਨੇ ਦਾ। ਟੀਮ ਊੜਾ, ਤੁਹਾਡਾ ਜਵਾਬ ਗਲਤ ਹੈ, ਇਸਦਾ ਸਹੀ ਜਵਾਬ ਸੀ ਚਾਂਦੀ ਦਾ ਤਗਮਾ ਜੀ। ਐੜਾ ਟੀਮ ਦੇ ਲਈ ਸਵਾਲ ਆ ਰਿਹਾ ਜੀ, ਪੈਰਾਓਲੰਪਿਕ 2024 ਵਿੱਚ ਮਨੀਸ਼ ਨਾਰਵਾਲ ਨੇ 10 ਮੀਟਰ ਏਅਰ ਪਿਸਟਲ ਸ਼ੂਟਿੰਗ ਵਿੱਚ ਕਿਹੜਾ ਤਗਮਾ ਜਿੱਤਿਆ? ਸਵਾਲ ਸਮਝ ਆਇਆ ਤੁਹਾਨੂੰ ਜੀ? ਆਪਸ਼ਨਸ ਨੇ ਸੋਨੇ ਦਾ ਤਗਮਾ, ਚਾਂਦੀ ਦਾ ਤਗਮਾ, ਤਾਂਬੇ ਦਾ ਤਗਮਾ ਜਾਂ ਫਿਰ ਕੋਈ ਵੀ ਤਗਮਾ ਨਹੀਂ। 50-50 ਆਪਸ਼ਨਸ ਨੇ ਜੀ, ਚਾਂਦੀ ਦਾ ਤਗਮਾ, ਤਾਂਬੇ ਦਾ ਤਗਮਾ। ਸੋ ਵਿਚਾਰ ਚੱਲ ਰਹੀ ਹੈ ਜੀ, ਤਾਂਬੇ ਦਾ ਤਗਮਾ। ਗਲਤੀ ਦੁਹਰਾਈ ਗਈ, ਗਲਤ ਜਵਾਬ ਦਿੱਤਾ ਗਿਆ, ਸਹੀ ਜਵਾਬ ਸੀ ਚਾਂਦੀ ਦਾ ਤਗਮਾ। ਸੋ 10 ਨੰਬਰ ਐੜਾ ਟੀਮ ਨੂੰ ਨਹੀਂ ਮਿਲੇ। ਹੁਣ ਵਾਰੀ ਹੈ ਜੀ ED ਟੀਮ ਦੀ।
ਟੀਮ ਈੜੀ ਤੁਹਾਡਾ ਆਖਰੀ ਸਵਾਲ, ਪੈਰਾ ਓਲੰਪਿਕ 2024 ਵਿੱਚ ਨਿਤੇਸ਼ ਕੁਮਾਰ ਨੇ ਕਿਹੜੀ ਖੇਡ 'ਚ ਸੋਨ ਤਗਮਾ ਜਿੱਤਿਆ? ਤੁਹਾਡੇ ਆਪਸ਼ਨਸ ਹਨ ਤੀਰ ਅੰਦਾਜ਼ੀ, ਏਅਰ ਪਿਸਟਲ ਸ਼ੂਟਿੰਗ, ਬੈਡਮਿੰਟਨ ਜਾਂ ਫਿਰ ਤੈਰਾਕੀ। 50-50 ਤੀਰ ਅੰਦਾਜ਼ੀ ਜਾਂ ਫਿਰ ਬੈਡਮਿੰਟਨ? ਤੀਰ ਅੰਦਾਜ਼ੀ। ਤੁਹਾਡੇ ਨਾਲ ਵਾਲੇ ਨੇ ਬੋਲਤਾ ਤੇ ਤੁਸੀਂ ਵੀ ਉਹੀ ਬੋਲਤਾ, ਹੈ ਨਾ, ਬੋਲ ਦਿੱਤਾ ਇਹੀ ਗੱਲ ਸੇਮ, ਪਰ ਤੁਹਾਡਾ ਜਵਾਬ ਗਲਤ ਹੋ ਗਿਆ। ਇਸਦਾ ਸਹੀ ਜਵਾਬ ਸੀ ਜੀ ਬੈਡਮਿੰਟਨ। ਸੋ ਹੁਣ ਆਖਰੀ ਸਵਾਲ ਸੱਸਾ ਟੀਮ ਦੇ ਕੋਲ, ਤਿਆਰੋ? ਠੀਕ ਹੈ ਜੀ। ਸਵਾਲ ਹੈ, ਭਾਰਤ ਦੀ ਮਹਿਲਾ ਤੀਰ ਅੰਦਾਜ਼ ਸ਼ੀਤਲ ਦੇਵੀ ਕਿੱਥੋਂ ਦੇ ਵਸਨੀਕ ਹਨ? ਸੁਣਿਆ ਇਹਨਾਂ ਬਾਰੇ? ਆਪਸ਼ਨਸ ਨੇ ਹਿਮਾਚਲ ਪ੍ਰਦੇਸ਼, ਗੁਜਰਾਤ, ਜੰਮੂ ਕਸ਼ਮੀਰ, ਲੱਦਾਖ। 50-50 ਆਪਸ਼ਨਸ ਨੇ ਜੀ ਜੰਮੂ ਕਸ਼ਮੀਰ, ਲੱਦਾਖ। ਜੰਮੂ ਕਸ਼ਮੀਰ। ਬਹੁਤ ਸੋਚ ਵਿਚਾਰ ਕੇ ਜੰਮੂ ਕਸ਼ਮੀਰ। ਜੇ ਤੁਸੀਂ ਕਹਿ ਦਿੰਦੇ ਗੁਜਰਾਤ ਤਾਂ ਗਲਤ ਹੋਣਾ ਸੀ, ਜੇ ਕਹਿ ਦਿੰਦੇ ਲੱਦਾਖ ਤਾਂ ਵੀ ਗਲਤ ਹੋਣਾ ਸੀ। ਸਹੀ ਜਵਾਬ ਦਿੱਤਾ ਜੀ ਜੰਮੂ ਕਸ਼ਮੀਰ, ਬਹੁਤ ਸੋਚ ਸਮਝ ਕੇ। ਅਤੇ ਇਸ ਮੁਕਾਬਲੇ ਦਾ ਆਖਰੀ ਸਵਾਲ ਉਹ ਖਤਮ ਹੁੰਦਾ ਜੀ 10 ਅੰਕਾਂ ਦੇ ਨਾਲ, ਜੋ ਕਿ ਜਾਂਦੇ ਨੇ ਸੱਸਾ ਟੀਮ ਦੇ ਖਾਤੇ ਦੇ ਵਿੱਚ। ਬਹੁਤ ਖੂਬਸੂਰਤ ਪੇਸ਼ਕਾਰੀ ਚਾਰੋਂ ਟੀਮਾਂ ਦੀ। ਤੁਸੀਂ ਦੇਖ ਰਹੇ ਸੀ ਗਿਆਨ ਪ੍ਰਚੰਡ ਪ੍ਰਸ਼ਨੋਤਰੀ ਮੁਕਾਬਲਿਆਂ ਦਾ ਸੈਮੀਫਾਈਨਲ ਦਾ ਇੱਕ ਹੋਰ ਰਾਊਂਡ। ਅਤੇ ਹੁਣ ਅਸੀਂ ਚੱਲਦੇ ਹਾਂ ਜੀ, ਹਜੇ ਸਾਡੇ ਕੋਲ ਨਤੀਜੇ ਨਹੀਂ ਪਹੁੰਚੇ, ਇਸ ਲਈ ਜਾਣਾ ਪਵੇਗਾ ਜੀ ਜੱਜ ਸਾਹਿਬ ਦੇ ਕੋਲ, ਸਾਨੂੰ ਦੱਸਣਗੇ ਅੱਜ ਦੇ ਨਤੀਜੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨ ਪ੍ਰਚੰਡ ਸੈਕਿੰਡ ਦੇ ਮੁਕਾਬਲੇ ਦੀ ਸਮਾਪਤੀ ਤੋਂ ਬਾਅਦ ਚਾਰ ਟੀਮਾਂ ਦਾ ਸਕੋਰ, ਟੀਮ ਊੜਾ 70 ਅੰਕ, ਟੀਮ ਐੜਾ 125 ਅੰਕ, ਟੀਮ ਈੜੀ 100 ਅੰਕ, ਟੀਮ ਸੱਸਾ 100 ਅੰਕ। ਇਸ ਮੁਕਾਬਲੇ ਤੋਂ ਬਾਅਦ ਟੀਮ ਐੜਾ ਗੁਰੂ ਤੇਗ ਬਹਾਦਰ ਖਾਲਸਾ ਪਬਲਿਕ ਸਕੂਲ ਛਾਂਜਲੀ 125 ਅੰਕ ਲਾ ਕੇ ਮੁਕਾਬਲਾ ਜਿੱਤ ਚੁੱਕੀ ਹੈ। ਜਗਾਰੇ ਲਾਵੇ ਲਿਆਵੇ ਲਾਵੇ ਸ਼ਹੀਦਾਂ ਸਿੰਘਾਂ ਦੇ ਚਰਨਾਂ ਨੂੰ ਪਾਵੇ। ਸਤਿ ਸ਼੍ਰੀ ਅਕਾਲ। ਜੱਜ ਸਾਹਿਬ ਨੇ ਸਾਨੂੰ ਨਤੀਜੇ ਦੱਸੇ ਨੇ ਜੀ, ਤੇ ਉਸ ਦੇ ਅਨੁਸਾਰ ਗੁਰੂ ਤੇਗ ਬਹਾਦਰ ਖਾਲਸਾ ਪਬਲਿਕ ਸਕੂਲ ਛਾਜਲੀ, ਤਹਿਸੀਲ ਸੁਨਾਮ, ਜ਼ਿਲ੍ਹਾ ਸੰਗਰੂਰ, ਜੋ ਕਿ ਮਾਲਵੇ ਦੀ ਧਰਤੀ ਤੋਂ ਆਈ ਹੈ, ਇਹ ਟੀਮ ਜਾਵੇਗੀ ਜੀ ਫਾਈਨਲ ਮੁਕਾਬਲੇ ਦੇ ਵਿੱਚ। ਫਾਈਨਲ ਮੁਕਾਬਲੇ ਦੇ ਵਿੱਚ ਫਿਰ ਮਿਲਾਂਗੇ ਜੀ, ਜਿਹੜੀਆਂ ਟੀਮਾਂ ਸੈਮੀਫਾਈਨਲ ਵਿੱਚ ਚਾਰ ਟੀਮਾਂ ਕੁਆਲੀਫਾਈ ਕੀਤੀਆਂ ਸੀ, ਅਤੇ ਇਹ ਮੁਕਾਬਲਾ ਦੇਖਣਾ ਨਾ ਭੁੱਲਿਓ। ਮਿਲਾਂਗੇ ਫਾਈਨਲ ਮੁਕਾਬਲੇ ਦੇ ਵਿੱਚ। ਮੈਂ ਡਾਕਟਰ ਅਮਨਪ੍ਰੀਤ ਕੌਰ, ਮੈਂ ਸਿਮਰਜੋਤ ਕੌਰ, ਉਦੋਂ ਤੱਕ ਲਈ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਗਿਆਨ ਪ੍ਰਚੰਡ ਗਿਆਨ